ਅੱਜ ਦੀ ਜਿਹੜੀ ਲਵ ਸਟੋਰੀ ਰੀਅਲ ਲਾਈਫ ਲਵ ਸਟੋਰੀ ਮੁਹੱਬਤ ਵੈਸੇ ਰੋਮਾਂਸ ਜਿਹੜਾ ਫਿਲਮਾਂ ਦੇ ਵਿੱਚ ਤਾਂ ਆਪਾਂ ਬਹੁਤ ਦੇਖਦੇ ਹਾਂ ਪਰ ਅਸਲ ਜ਼ਿੰਦਗੀ ਦੇ ਵਿੱਚ ਰੋਮਾਂਸ ਲਵ ਸਟੋਰੀਜ਼ ਦੇਖਣ ਦਾ ਬਹੁਤ ਘੱਟ ਮੌਕਾ ਮਿਲਦਾ ਜੇ ਤਾਂ ਤੁਸੀਂ ਇੱਥੇ ਲੋਰ ਮੇਨਲੈਂਡ ਦੇ ਵਿੱਚ ਰਹਿੰਦੇ ਹੋ ਤਾਂ ਇੱਕ ਲਵ ਸਟੋਰੀ ਆਪਾਂ ਸਾਰੇ ਦੇਖ ਚੁੱਕੇ ਹਾਂ ਉਹਦੇ ਬਾਰੇ ਸੁਣ ਚੁੱਕੇ ਹਾਂ ਉਸਦੀਆਂ ਤਸਵੀਰਾਂ ਸਾਨੂੰ ਅਕਸਰ ਦੇਖਣ ਨੂੰ ਮਿਲਦੀਆਂ ਨੇ ਮੈਚਿੰਗ ਕੱਪੜਿਆਂ ਦੇ ਵਿੱਚ ਖੂਬਸੂਰਤ ਮੁਸਕਰਾਹਟਾਂ ਦੇ ਵਿੱਚ ਅਤੇ ਇੱਕ ਦੂਜੇ ਨੂੰ ਦੇਖ ਕੇ ਜੋ ਚਿਹਰੇ ਉੱਤੇ ਰੌਣਕ ਜੀ ਨਹੀਂ ਆ ਜਾਂਦੀ ਉਸ ਜ਼ਰੀਏ ਮੈਂ ਕਿਹਦੀ ਗੱਲ ਕਰ ਰਹੀ ਹਾਂ ਮੈਂ ਤੁਹਾਨੂੰ ਸ਼ੁਰੂ 'ਚ ਦੱਸਿਆ ਸੀ ਭੁਰਜੀ ਸਾਡੇ ਨਾਲ ਨੇ ਡਾਕਟਰ ਪ੍ਰਗਟ ਸਿੰਘ ਭੁਰਜੀ ਅਤੇ ਉਹਨਾਂ ਦੇ ਖੂਬਸੂਰਤ ਵਾਈਫ ਗੁਰਜਿੰਦਰ ਭੁਰਜੀ ਵੈਲੰਟਾਈਨਸ ਡੇ ਦੇ ਮੌਕੇ 'ਤੇ ਦੋਵਾਂ ਨੇ ਲਾਲ ਲਾਲ ਪੱਗ ਬੰਨੀ ਹੋਈ ਹੈ ਡਾਕਟਰ ਸਾਹਿਬ ਨੇ ਲਾਲ ਸੂਟ ਪਾਇਆ ਹੋਇਆ ਗੁਰਜਿੰਦਰ ਨੇ ਬੜੇ ਖੂਬਸੂਰਤ ਲੱਗ ਰਹੇ ਥੈਂਕ ਯੂ ਫੋਰ ਬੀਂਗ ਹੇਅਰ ਬਹੁਤ ਬਹੁਤ ਧੰਨਵਾਦ ਮੇਰੀ ਛੋਟੀ ਪਿਆਰੀ ਕਿਊਟ ਜੀ ਭੈਣ ਤਰਨ ਤੁਹਾਡੀ ਆਵਾਜ਼ ਇੰਨੀ ਮਧੁਰ ਹੈਗੀ ਆ ਵੀ ਉਹ ਸੁਣ ਕੇ ਬੰਦਾ ਸਕੂਨ ਤੇ ਚਲਾ ਜਾਂਦਾ ਹਾਏ ਥੈਂਕ ਯੂ ਡਾਕਟਰ ਸਾਹਿਬ ਦੈਟਸ ਵੈਰੀ ਸਵੀਟ ਆ ਜੀ ਤੇਰੀ ਵਾਰੀ ਤੇਰੀ ਹਾਂ ਚਲੋ ਨਹੀਂ ਨਹੀਂ ਥੈਂਕ ਯੂ ਟਰਨ ਔਨ ਫॉर ਹੈਵਿੰਗ ਅਸ ਐਸੇ ਮੈਚਿੰਗ ਵਾਕਈ ਕੀਤੀ ਹੈ ਸੱਚੀ ਮੈਚਿੰਗ ਕੀਤੀ ਤੁਸੀਂ ਮੈਚਿੰਗ ਵੈਸੇ ਹਮੇਸ਼ਾ ਕਰਦੇ ਹੋ ਇਹ ਕੱਪੜੇ ਕੌਣ ਡਿਸਾਈਡ ਕਰਦਾ ਕਿ ਇਹ ਜਿਹੜੇ ਕੱਪੜੇ ਨੇ ਅੱਜ ਕੱਲ੍ਹ ਜਿਹੜੇ ਰੰਗ ਦੀ ਹੋਊ ਪੱਗ ਜਿਹੜੇ ਰੰਗ ਦੀ ਹੋਊ ਉਸੇ ਰੰਗ ਦੀ ਸਾੜੀ ਹੋਊ ਗੁਰਜਿੰਦਰ ਤੁਸੀਂ ਕਰਦੇ ਹੋ ਜਾਂ ਡਾਕਟਰ ਸਾਹਿਬ ਕਰਦੇ ਡਾਕਟਰ ਸਾਹਿਬ ਕਰਦੇ ਪਹਿਲੇ ਨਹੀਂ ਨਹੀਂ ਇੱਕ ਮਿੰਟ ਠਹਿਰੋ ਪੜ ਗਿਆ ਇਹਨਾਂ ਪੁੱਛਣਾ ਜ਼ਰੂਰ ਹੋਇਆ ਕਿਹੜਾ ਸੂਟ ਪਾਉਣਾ ਮੈਂ ਦੱਸਦੀ ਨਹੀਂ ਹੁੰਦੀ ਕਦੇ ਕਦੀ ਹਾਂ ਸੋ ਫਿਰ ਬਾਅਦ 'ਚ ਮੈਂ ਸੋਚ ਲੈਂਦੀ ਕਿ ਮੈਂ ਵੀ ਥੋੜ੍ਹਾ ਮੈਚਿੰਗ ਕਰ ਹੀ ਲਈਏ ਵੈਸੇ 35 ਸਾਲਾਂ ਬਾਅਦ ਵੀ ਕੱਪੜੇ ਮੈਚ ਕਰਨਾ ਵਿਆਹ ਜਦੋਂ ਲੋਕਾਂ ਦਾ ਸ਼ੁਰੂ ਸ਼ੁਰੂ 'ਚ ਹੋਇਆ ਹੁੰਦਾ ਨਾ ਜਦੋਂ ਚਾਅ ਹੁੰਦਾ ਹੈ ਕਿ ਇੱਕੋ ਜਿਹੇ ਕੱਪੜੇ ਪਾਈਏ ਉਦੋਂ ਤਾਂ ਦੇਖੀਦਾ ਵੀ ਕਪਲਸ ਪਰ 4-5 ਸਾਲ ਤੋਂ ਬਾਅਦ ਸਾਰੇ ਠੰਡੇ ਪੈ ਜਾਂਦੇ ਆ 35 ਸਾਲਾਂ ਬਾਅਦ ਵੀ ਤੁਹਾਡੇ ਕੱਪੜੇ ਮੈਚ ਹੋ ਰਹੇ ਦੈਟਸ ਅਮੇਜ਼ਿੰਗ ਇੱਦਾਂ ਨਾ ਮਤਲਬ ਗੱਲ ਇੱਦਾਂ ਵੀ ਜਿਹੜੇ ਮਨ ਹੈਗੇ ਉਹ ਮੈਚਡ ਹੈਗੇ ਹਾਏ ਜਿਹਦੀ ਇਹਦੀ ਥਿੰਕਿੰਗ ਆ ਨਾ ਦੱਸੇ ਤੋਂ ਇੱਕ ਚੀਜ਼ ਹੁੰਦੀ ਮਹਿਸੂਸ ਕਰਨਾ ਉਹਨੂੰ ਕਹਿੰਦੇ ਡੀਪਰ ਕਾਇੰਡ ਆਫ ਅੰਡਰਸਟੈਂਡਿੰਗ ਐਬਸੋਲੂਟਲੀ ਉਹ ਪਤਾ ਲੱਗ ਜਾਂਦਾ ਤੇ ਸ਼ਾਇਦ ਮਾਲਕਿਨ ਨੂੰ ਵੀ ਮੇਰੇ ਬਾਰੇ ਥੋੜ੍ਹਾ ਬਹੁਤ ਪਤਾ ਲੱਗ ਜਾਂਦਾ ਹੋਊਗਾ ਬਟ ਮੈਂ ਤਾਂ ਓਪਨਲੀ ਹੀ ਜ਼ਾਹਿਰ ਕਰਦਾ ਰਹਿੰਦਾ ਇਸ ਲਈ ਘਰ ਦੇ ਵਿੱਚ ਇਹਨੂੰ ਪਤਾ ਲੱਗ ਹੀ ਜਾਂਦਾ ਵੀ ਇਹਨੇ ਕੱਪ ਪਾਈ ਹੋਈ ਆ ਸੋ ਸਾਡਾ ਇੱਕ ਖੁਸ਼ਨੁਮਾ ਮਾਹੌਲ ਚੱਲਦਾ ਸਵੇਰੇ ਚਾਹ ਅਸੀਂ 10 ਤੋਂ 30 ਮਿੰਟ ਇਕੱਠੇ ਪੀ ਕੇ ਉਹ 'ਚ ਪੂਰੇ ਦਿਨ ਦੀ ਡਿਸੀਜਨ ਲੈ ਲੈਂਦੇ ਹਾਂ ਅੱਛਾ ਫਿਰ ਸ਼ਾਮ ਨੂੰ ਵੀ ਚਾਹ ਪੀ ਕੇ ਬੜਾ ਮਤਲਬ ਅਨਵਾਈਂਡ ਦਾ ਕੰਮ ਹੁੰਦਾ ਔਰ ਮਾਲਕਿਨ ਦੇ ਵਿੱਚ ਮੇਰੇ ਨਾਲ ਬਹੁਤ ਸਾਰੇ ਗੁਣ ਹੈਗੇ ਔਰ ਉਹ ਗੁਣ ਜਿਹੜੇ ਹੈਗੇ ਮੇਰੇ ਵਿੱਚ ਕਦੀ ਕਦੀ ਆ ਜਾਂਦੇ ਆ ਤੇ ਮੈਂ ਤੁਹਾਡੇ ਵਿੱਚ ਵੰਡ ਦਿੰਦਾ ਸਾਰਿਆਂ ਚ ਨਹੀਂ ਆਈ ਥਿੰਕ ਤੁਹਾਡੇ ਦੋਵਾਂ 'ਚ ਬਹੁਤ ਗੁਣ ਨੇ ਔਰ ਜਿਹੜੇ ਕਮਿਊਨਿਟੀ ਦੇ ਲੋਕ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਆਈ ਥਿੰਕ ਤੁਸੀਂ ਦੋ ਅਜਿਹੀਆਂ ਸ਼ਖਸੀਅਤਾਂ ਜੋ ਹਮੇਸ਼ਾ ਨਾਲ ਖੜ੍ਹਦੇ ਹਮੇਸ਼ਾ ਸਾਰਿਆਂ ਦੇ ਵਾਸਤੇ ਮਦਦ ਦਾ ਹੱਥ ਵਧਾਉਂਦੇ ਆ ਬਹੁਤ ਘੱਟ ਲੋਕ ਇਹੋ ਜਿਹੇ ਹੁੰਦੇ ਆ ਦੁੱਖ ਹੋਵੇ ਸੁੱਖ ਹੋਵੇ ਤੁਸੀਂ ਹਮੇਸ਼ਾ ਨਾਲ ਖੜ੍ਹਦੇ ਹੋ ਦੋਵੇਂ ਪਰ ਅੱਜ ਤੁਹਾਡੇ ਦੋਵਾਂ ਦੀ ਲਵ ਸਟੋਰੀ ਬਾਰੇ ਗੱਲ ਕਰਨੀ ਹੈ ਮੈਂ ਇਹੋ ਜਿਹੀ ਲਵ ਸਟੋਰੀ ਜਿਹੜੀ ਐਕਚੁਅਲੀ ਵਿਆਹ ਤੋਂ ਬਾਅਦ ਸ਼ੁਰੂ ਹੋਈ ਸੀ ਪਹਿਲੀ ਮੁਲਾਕਾਤ ਕਿਸ ਤਰ੍ਹਾਂ ਹੋਈ ਸੀ ਪਹਿਲੀ ਮੁਲਾਕਾਤ ਇੱਦਾਂ ਮੈਂ ਦੱਸਣਾ ਚਾਹੁੰਦਾ ਵੀ ਮੈਂ ਜੁਆਇੰਟ ਫੈਮਿਲੀ 'ਚ ਰੇਜ਼ ਹੋਇਆ 65 ਪੀਪਲ ਲੋਕ ਰਹਿੰਦੇ ਸੀ ਬੋਂਬੇ ਸਾਡੀ ਆਪਦੀ ਬਿਲਡਿੰਗ ਹੈਗੀ ਹੈ ਨਾ ਅੱਛਾ ਚਾਚਾ ਤਾਏ ਸਾਰੀ ਬਿਲਡਿੰਗ ਤੁਹਾਡੇ ਰਿਸ਼ਤੇਦਾਰ ਹਾਂ ਤੇ ਸਾਡੀ ਪੜਦਾਦੀ ਦੇ ਨਾਂ ਦੇ ਉੱਤੇ ਹੈਗੀ ਆ ਲਕਸ਼ਮੀ ਕੌਰ ਸੀ ਉਹਦਾ ਨਾਂ ਲਕਸ਼ਮੀ ਨਿਵਾਸ ਅੱਛਾ 4 ਮੰਜ਼ਿਲਾ ਬਿਲਡਿੰਗ ਹੁਣ ਤੋੜ ਕੇ 8 ਮੰਜ਼ਿਲਾ ਕਰ ਲਿੱਤੀ ਹੈ ਕਿਉਂਕਿ ਮਤਲਬ ਬੋਂਬੇ ਜਗ੍ਹਾ ਬਹੁਤ ਘੱਟ ਹੈ ਬਿਲਕੁਲ ਤੇ ਇਹਨਾਂ ਦੇ ਜਿਹੜੇ ਤਾਇਆ ਜੀ ਆ ਉਹਨਾਂ ਦੀ ਬੇਟੀ ਸਾਡੇ ਤਾਏ ਦੇ ਮੁੰਡੇ ਨੂੰ ਵਿਆਹੀ ਸੀ ਓਕੇ ਸੋ ਆਉਣਾ ਜਾਣਾ ਹੈਗਾ ਸੀ ਸੋ ਇਹਨਾਂ ਦੇ ਚਾਚਾ ਜੀ ਨੇ ਕਿਹਾ ਵੀ ਮੁੰਡਾ ਸੋਹਣਾ ਸੁਣਾ ਹਾਏ ਓਏ ਪੱਗ ਬੰਨਦਾ ਦਾੜੀਆ ਗੱਭਰੂ ਜਵਾਨ ਕੁੜੀ ਕੁੜੀ ਬਾਰੇ ਕੁਛ ਨਹੀਂ ਕਿਹਾ ਠਹਿਰ ਤਾਂ ਜਾ ਤਾਂ ਫਿਰ ਮਤਲਬ ਇਹਦੇ ਚਾਚੇ ਦੇ ਨਾਲ ਮੇਰੀ ਯਾਰੀ ਸੀ ਪਰ ਸਾਡਾ ਚਾਚੇ ਲੱਗਦੇ ਸੀ ਅਸੀਂ ਯਾਰ ਬਣ ਗਏ ਸੀ ਫਿਰ ਹੌਲੀ ਹੌਲੀ ਕੈਨੇਡਾ ਖਬਰ ਪਹੁੰਚ ਗਈ ਅਸੀਂ ਬੋਂਬੇ ਸੀ ਕੈਨੇਡਾ ਸੀ ਨਾ ਸਰੀ 'ਚ ਜੀ ਫਿਰ ਇਹਨਾਂ ਦੇ ਮਾਤਾ ਪਿਤਾ ਵੀ ਸੋਚ ਰਹੇ ਸੀ ਵੀ ਅਸੀਂ ਇਹੋ ਜਿਹਾ ਹੀ ਵਰ ਜਿਹੜਾ ਸੋਹਣਾ ਸੁਣੱਖਾ ਹੈਗਾ ਆਪਣੀ ਮਤਲਬ ਇੰਨਾ ਮਾਡਰਸਟ ਮੁੰਡਾ ਕਿੱਥੋਂ ਲੱਭੂਗਾ ਸਾਨੂੰ ਸੋ ਫਿਰ ਮੁਲਾਕਾਤ ਹੋਈ ਮੈਂ ਮੇਰੀ ਮਾਂ ਨਾ ਮੈਨੂੰ ਸੁਰਮਾ ਪਾਇਆ ਕਰਦੀ ਹੁੰਦੀ ਮੈਨੂੰ ਅਜੇ ਵੀ ਜਿੱਦਾਂ ਮੈਂ ਸੁਰਮਾ ਪਾ ਕੇ ਬੈਠਾ ਹੋਇਆ ਸੀ ਤੇ ਪੱਗ ਬੰਨ ਕੇ ਤੇ ਆਰਾਮ ਦੇ ਨਾਲ ਤੇ ਮਾਲਕਿਨ ਜੀ ਆਏ ਜਦੋਂ ਅਸੀਂ ਅੱਖਾਂ ਦੇਖੀਆਂ ਇਹਨਾਂ ਦੀਆਂ ਦੇਖੋ ਅੱਖਾਂ ਕਿੰਨੀਆਂ ਬਹੁਤ ਖੂਬਸੂਰਤ ਬਹੁਤ ਅੱਖਾਂ ਹੀ ਦੇਖਦਾ ਰਹਿ ਗਿਆ ਠੀਕ ਹੈ ਵਿਆਸੀ ਤਾਂ ਮਨਜ਼ੂਰ ਆ ਬਟ ਇਹਨਾਂ ਦੀ ਸਟੋਰੀ ਸੁਣ ਲਓ ਹਾਂਜੀ ਗੁਰਜੀ ਤੁਹਾਡੀ ਸਟੋਰੀ ਹੁਣ ਤੁਹਾਡੀ ਸਾਈਡ ਵੀ ਸੁਣ ਲਈ ਬੜੇ ਮੁਸ਼ਕਿਲ ਦੇ ਨਾਲ ਵਿਆਹ ਹੋਇਆ ਹੁਣ ਸੁਣਿਓ ਓਹੋ ਸੋ ਜਿਹੜਾ ਸੋਹਣਾ ਸੁਨੱਖਾ ਮੁੰਡਾ ਆਇਆ ਸੀ ਬੋਂਬੇ ਤੋਂ ਕੀ ਸੋਚਿਆ ਉਹਦੇ ਬਾਰੇ ਸੋ ਅਸੀਂ ਇਧਰੋਂ ਗਏ ਸੀ ਅੱਛਾ ਤੁਸੀਂ ਬੋਂਬੇ ਗਏ ਅਸੀਂ ਬੋਂਬੇ ਗਏ ਸੀ ਅਸੀਂ ਦਿੱਲੀ ਗਏ ਸੀ ਅਕਸ਼ੀ ਸੋ ਦਿੱਲੀ ਮੇਰੇ ਚਾਚਾ ਜੀ ਕਹਿ ਰਹੇ ਸੀ ਕਿ ਇਹ ਵੀ ਮੈਡੀਕਲ ਫੀਲਡ ਸੀਗੇ ਐਂਡ ਆਈ ਵਾਜ਼ ਡੂਇੰਗ ਮੈਂ ਵੀ ਲੈਬ ਟੈਕਨੋਲੋਜੀ ਕਰ ਰਹੀ ਸੀ
ਕਿ ਇਹਨਾਂ ਦਾ ਮੈਚ ਯੂ ਨੋ ਵਧੀਆ ਹੋ ਗਿਆ, ਤੁਸੀਂ ਆ ਕੇ ਇੰਡੀਆ ਮੁੰਡਾ ਵੇਖ ਲਓ। ਅੱਛਾ, ਮੇਰੀ ਕੋਈ ਤਿਆਰੀ ਨਹੀਂ ਸੀ, ਮੈਂ ਅਜੇ ਪੜ੍ਹਦੀ ਸੀ, ਮੈਨੂੰ ਕਿਹਾ ਮੈਂ ਅਜੇ ਵਿਆਹ ਹੀ ਕਰਨਾ ਹੈ। 18-19 ਸਾਲ ਦੀ ਸੀ ਉਦੋਂ। ਅੱਛਾ, ਤੁਸੀਂ ਯੰਗ। ਮੈਂ ਕਿਹਾ ਚਲੋ, ਉਸ ਉਹਨਾਂ ਦੇ ਆਈ ਥਿੰਕ ਪੇਰੈਂਟਸ ਨੇ ਸਾਰੀ ਤਿਆਰੀ ਕੀਤੀ ਹੋਈ ਸੀ ਕਿ ਇੰਡੀਆ ਜਾਂਦੇ ਹਾਂ ਅਤੇ ਵਿਆਹ ਕਰਾਉਂਦੇ ਹਾਂ, ਰਾਈਟ। ਸੋ ਅਸੀਂ ਗਏ ਅਤੇ ਦਿੱਲੀ ਤੋਂ ਫਿਰ ਬੰਬੇ ਗਏ, ਅਤੇ ਫਿਰ ਮੇਰੀ ਦੋ ਤਿੰਨ ਹੀ ਖੁਆਇਸ਼ਾਂ ਸੀ ਕਿ ਪੀਣ ਵਾਲਾ ਨਾ ਹੋਏ ਅਤੇ ਮੀਟ ਨਾ ਖਾਂਦਾ ਹੋਏ, ਦੋਸਤ ਵਰ ਦ ਬੇਸਿਕ ਮੇਰੇ ਸੀਗੇ, ਹੈ ਨਾ। ਅਤੇ ਸੋ ਅਸੀਂ ਜਦੋਂ ਇਹਨਾਂ ਨੂੰ ਮਿਲਣ ਗਏ, ਆਈ ਵਾਂਟ ਟੂ ਸੀ ਹਿਮ, ਸਾਡੇ ਕੋਲ 10 ਮਿੰਟ ਸੀਗੇ ਹਾਏ ਹੈਲੋ ਕਰਨ ਵਾਸਤੇ। ਦੋ ਹੀ ਸਵਾਲ ਪੁੱਛੇ ਮੈਂ 10 ਮਿੰਟਾਂ ਦੇ ਵਿੱਚ, ਇਹਨਾਂ ਨੂੰ ਤਾਂ ਤੁਹਾਡੀਆਂ ਅੱਖਾਂ ਦੇਖ ਕੇ ਮਤਲਬ ਹੀ ਵਾਸ ਡਨ, ਕਬੂਲ ਹੈ ਨਾਲ ਦੀ ਨਾਲ ਹੀ। ਤੇ ਤੁਸੀਂ ਕਿਹੜੇ ਸਵਾਲ ਪੁੱਛੇ? ਸ਼ਰਾਬ ਨੀ ਪੀਂਦੇ ਸੀਗੇ, ਸੋ ਚਲੋ ਫਿਰ ਵਾਪਸ ਆਏ ਤੇ ਫਿਰ ਮੇਰੇ ਡੈਡ ਨੇ ਪੁੱਛਿਆ, ਮੈਂ ਕਿਹਾ ਮੈਂ ਨੀ ਵਿਆਹ ਕਰਨਾ ਇੱਥੇ। ਅੱਛਾ, ਕਿਉਂ? ਮੁੰਡਾ ਥੋੜਾ ਭਾਰਾ ਆ, ਖਾਂਦਾ ਨੀ, ਖਾਂਦੇ ਪੀਂਦੇ ਬੰਦੇ ਆ। ਮੇਰੀ ਬੀਬੀ ਮੈਨੂੰ ਜਿਵੇਂ ਦੇਸੀ ਘਿਓ ਖਵਾਲਦੀ ਪਰੌਂਠੇ, ਮੇਰੀ ਅਸੀਂ ਦਾਦੀ ਨੂੰ ਮਾਤਾ ਕਹਿੰਦੇ ਸੀ ਨਾ, ਉਹ ਗੋਲੂ ਮੋਲੂ ਜਿਹਾ ਨਾ ਸਟਰਕਚਰ ਮੇਰਾ ਸ਼ੁਰੂ ਤੋਂ ਬਣਿਆ ਸੀ। ਨਾ ਕਰਤੀ, ਫਿਰ ਮੇਰੇ ਡੈਡ ਥੋੜਾ ਸੋਚਣ ਲੱਗ ਪਏ, ਪਰ ਮੇਰੇ ਚਾਚਾ ਜੀ ਕਹਿੰਦੇ ਇੱਥੇ ਵਿਆਹ ਕਰਨਾ। ਅੱਛਾ, ਵਿਦਿਨ 2 ਹਫ਼ਤੇ ਚ ਸਾਡਾ ਵਿਆਹ ਹੋ ਗਿਆ ਉੱਥੇ। 2 ਹਫ਼ਤਿਆਂ ਦੇ ਅੰਦਰ ਅੰਦਰ ਤੁਹਾਡੀ ਕਿਸੇ ਨੇ ਨਹੀਂ ਸੁਣੀ? ਹਾਂ ਗੁਰਜੀ, ਮੇਰੇ ਕੋਈ ਨਹੀਂ ਸੁਣ ਵਾਲਾ ਸੀ, ਉਦੋਂ ਕਿਤੇ ਸੁਣਦੇ ਸੁਣੀ ਨਹੀਂ ਮੁੰਡਿਆਂ ਦੀ ਸੁਣੀ। ਮਤਲਬ ਅਸੀਂ ਉਸ ਬਾਰੇ ਦੀ ਗੱਲ ਕਰ ਰਹੇ ਜਦੋਂ ਡਾਇਨਾਸੌਰ ਹੋਇਆ ਕਰਦੇ ਸੀ। ਡਾਇਨਾਸੌਰ ਮੈਨੂੰ ਨਾ ਇੱਕ ਚੀਜ਼ ਜਿਹੜੀ ਬੜੀ ਕਮਾਲ ਦੀ ਲੱਗਦੀ ਹੈ, ਅੱਜ ਕੱਲ੍ਹ ਲੋਕ ਜਿਹੜੇ ਨੇ ਨਾ ਉਹ ਬਹੁਤ ਸੈਂਸਿਟਿਵ ਨੇ। ਅੱਜ ਕੱਲ੍ਹ ਹਰ ਇਨਸਾਨ, ਮੈਨੂੰ ਐਂ ਲੱਗਦਾ ਤੁਸੀਂ ਕਹਿਣ ਤੋਂ ਕੁਛ ਡਰਦੇ ਹੋ, ਯੂਅਰ ਵਾਕਿੰਗ ਔਨ ਐਗ ਸ਼ੈਲਸ ਲਿਟਰਲੀ, ਤੁਹਾਡੀ ਕੋਈ ਵੀ ਗੱਲ ਕਦੇ ਵੀ ਕੋਈ ਵੀ ਬੁਰਾ ਮੰਨ ਸਕਦਾ। ਮੈਂ ਅੱਜ ਤੱਕ ਤੁਹਾਡੇ ਦੋਨਾਂ ਨੂੰ ਕਿਸੇ ਚੀਜ਼ ਬਾਰੇ ਇਤਰਾਜ਼ ਕਰਦੇ ਨਹੀਂ ਦੇਖਿਆ, ਤੁਹਾਡੀ ਸੈਂਸ ਆਫ ਹਿਊਮਰ, ਜੇ ਮੈਂ ਫਰੋਮ ਦੀ ਆਊਟਸਾਈਡ ਇਫ ਆਈ ਐਮ ਲੁਕਿੰਗ, ਮੈਨੂੰ ਐਂ ਲੱਗਦਾ ਵੀ ਇਸ ਰਿਲੇਸ਼ਨਸ਼ਿਪ ਦਾ ਜਿਹੜਾ ਕੋਰ ਫਾਊਂਡੇਸ਼ਨ ਹੈ ਨਾ, ਉਹ ਹਿਊਮਰ ਉੱਤੇ ਬੇਸਡ ਹੈ। ਐਮ ਆਈ ਰਾਈਟ? ਖੁਸ਼ ਰਹਿਣਾ, ਹਿਊਮਰਸ ਰਹਿਣਾ, ਜਿੱਥੇ ਸਰੀਰ ਨੂੰ ਤੰਦਰੁਸਤ ਰੱਖਦਾ, ਇਮਿਊਨ ਸਿਸਟਮ ਕਾਫੀ ਬੂਸਟ ਕਰਦਾ, ਨਾਲ ਮਨ ਨੂੰ ਵੀ ਸ਼ਾਂਤ ਰੱਖਦਾ, ਔਰ ਤੁਸੀਂ ਫਿਰ ਕੌਨਫਲਿਕਟ 'ਚ ਨਹੀਂ ਪੈਂਦੇ, ਔਰ ਜਿਵੇਂ ਤੁਹਾਡਾ ਪਾਰਟਨਰ ਵੀ ਮਤਲਬ ਉਸ ਵੇਵਲੈਂਥ 'ਚ ਹੈਗਾ, ਫਿਰ ਤਾਂ ਆਨੰਦ ਹੀ ਆਨੰਦ ਬਣ ਜਾਂਦਾ। ਕਿਉਂਕਿ ਮਹਾਰਾਜ ਵੀ ਕਹਿੰਦੇ, ਨਾਨਕ ਸਤਿਗੁਰ ਭੇਟੀਏ ਪੂਰੀ ਹੋਵੇ ਜੁਗਤ, ਸੋ ਫਸਟ ਲਾਈਨ ਆਏਗੀ, ਹੱਸਦਿਆਂ ਵੀ ਪਹਿਲੋਂ ਹੱਸਣਾ ਚਾਹੀਦਾ, ਖਿਆਲ ਲੈਂਦੇ ਹਾਂ ਖੇਲਣਾ ਚਾਹੀਦਾ, ਖਾਵਾਂਦਿਆਂ ਵੀ ਅੱਛਾ ਖਾਣਾ ਖਾਣਾ ਚਾਹੀਦਾ, ਪਹਿਨਦੇ ਅੱਛੇ ਕੱਪੜੇ ਪਾਉਣਾ ਚਾਹੀਦਾ ਵਿੱਚ ਹੋਏ। ਸੋ ਹੱਸਣਾ ਜਿਹੜਾ ਮਹਾਰਾਜ ਨੇ ਜਿਹੜਾ ਹੈਗਾ ਸਭ ਤੋਂ ਨੰਬਰ 1 'ਚ ਦੱਸਿਆ, ਔਰ 8.4 million ਲਾਈਫ ਫੋਰਮ ਜਿਹੜੇ 84 ਲੱਖ ਜੂਨ ਆ ਅਸੀਂ, ਉਹਦੇ 'ਚੋਂ ਸਿਰਫ ਇਨਸਾਨ ਹੱਸ ਸਕਦਾ। ਸੋ ਅਗਰ ਆਸਾਨੀ ਜਾਮੇ ਜਾ ਕੇ ਨਹੀਂ ਹੱਸੇ ਤਾਂ ਫਿਰ ਕੀ ਫਾਇਦਾ ਆਉਂਦਾ? ਸੋ ਹੱਸਣਾ ਬਹੁਤ ਜ਼ਰੂਰੀ ਆ। ਹੱਸਦੇ ਤਾਂ ਹਸਾਉਣਾ, ਲੋਕੀ ਕਈ ਹੱਸਦੇ ਨੇ ਪਰ ਉਹ ਦੂਜਿਆਂ ਦੇ ਚਿਹਰੇ ਉੱਤੇ ਮੁਸਕਰਾਹਟ ਨਹੀਂ ਦੇਖ ਸਕਦੇ। ਤੁਸੀਂ ਜਿੱਥੇ ਜਾਂਦੇ ਹੋ ਤੁਸੀਂ ਮੁਸਕਰਾਹਟਾਂ ਜਿਹੜੀਆਂ ਨੇ ਉਹ ਫੈਲਾਉਂਦੇ ਹੋ ਆਪਣੇ ਆਲੇ ਦੁਆਲੇ, ਬੜੀ ਵਧੀਆ ਗੱਲ। ਥੈਂਕ ਯੂ। ਹੁਣ ਜ਼ਿਆਦਾ ਮੌਕਾ ਨਹੀਂ ਮਿਲਿਆ ਇੱਕ ਦੂਜੇ ਨੂੰ ਜਾਣਨ ਦਾ ਵਿਆਹ ਤੋਂ ਪਹਿਲਾਂ, ਸੋ ਕਦੋਂ ਇੱਕ ਦੂਜੇ ਨੂੰ ਜਾਣਨ ਦਾ ਮੌਕਾ ਮਿਲਿਆ, ਇੱਕ ਦੂਜੇ ਬਾਰੇ ਕਿਹੜੀਆਂ ਉਹ ਚੀਜ਼ਾਂ ਸੀ ਜਿਹੜੀਆਂ ਵਧੀਆ ਲੱਗਣ ਲੱਗੀਆਂ, ਕਿਹੜੀਆਂ ਚੀਜ਼ਾਂ ਸੀ ਜਿਹੜੇ ਤੁਹਾਨੂੰ ਲੱਗਾ ਉਹ ਹੋ ਇਹ ਤਾਂ ਕੰਮ ਖਰਾਬ ਹੋ ਗਿਆ, ਇਹ ਮੇਰੇ ਨਾਲ ਤਾਂ ਮਤਲਬ ਦਿਸ ਇਜ਼ ਨੋਟ ਵਟ ਆਈ ਵਾਜ਼ ਐਕਸਪੈਕਟਿੰਗ? ਕੁਝ ਜਿਹੜੇ ਇਨੀਸ਼ੀਅਲ ਸਾਲ ਹੁੰਦੇ ਆ ਇੱਕ ਰਿਲੇਸ਼ਨਸ਼ਿਪ ਦੇ, ਕਿਉਂਕਿ ਆਪਣੇ ਕਲਚਰ ਦੇ ਵਿੱਚ ਕਪਲਸ ਇਕੱਠੇ ਨਹੀਂ ਰਹਿੰਦੇ ਵਿਆਹ ਤੋਂ ਪਹਿਲਾਂ, ਸੋ ਉਹ ਮੌਕਾ ਹੀ ਨਹੀਂ ਮਿਲਦਾ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਨ ਦਾ। ਬੜੇ ਕਹਿੰਦੇ ਮੁਸ਼ਕਿਲ ਹੁੰਦੇ ਨੇ ਇਨੀਸ਼ੀਅਲ ਜਿਹੜੇ ਫਿਊ ਈਅਰਸ, ਕਿੱਦਾਂ ਰਹੇ? ਜਿਵੇਂ ਸਾਡੇ ਦੋਵਾਂ ਦੀ ਅਪਬ੍ਰਿੰਗਿੰਗ ਆਲਮੋਸਟ ਸਿਮਿਲਰ ਸੀ, ਜਿਵੇਂ ਧਾਰਮਿਕ ਕਹਿ ਲਓ, ਕੰਸਰਵੇਟਿਵ ਬੇਸ ਕਹਿ ਲਓ, ਸਪਿਰਿਚੁਅਲ ਬੇਸ ਕਹਿ ਲਓ, ਸੋ ਇਹਨੂੰ ਵੀ ਚਾਰ ਲਾਵਾਂ ਦੀ ਨੌਲੇਜ ਸੀ ਅਤੇ ਮੈਨੂੰ ਵੀ ਸੀ, ਸੋ ਅਸੀਂ ਮੈਰਿਜ ਨੂੰ ਉਹਦੇ ਉੱਤੇ ਹੀ ਬੇਸਡ ਕਰਕੇ ਤੁਰ ਪਏ, ਹੈ ਨਾ। ਔਰ ਪਹਿਲੇ ਲਾਵਾਂ 'ਚ ਮਹਾਰਾਜ ਕਹਿੰਦੇ, ਧੰਨ ਫਿਰ ਨਾਨਕ ਧੰਨ ਫਿਰ ਕਹੀਏ ਨਾਨਕਾ ਬਹਿਨ ਇਕੱਠੇ ਹੋਏ, ਏਕ ਜੋ ਦੋ ਮੂਰਤੀ ਧੰਨ ਫਿਰ ਕਹੀਏ ਸੋਏ, ਵੀ ਮਨ ਔਰ ਆਤਮਾ ਇੱਕ ਕਰਨਾ ਉਹਦੇ ਉੱਤੇ ਆਪਾਂ ਤੁਰ ਪਏ। ਹਰ ਪਹਿਲੇ ਦੀ ਲਾਵਾਂ ਪ੍ਰਵਿਰਤੀ ਕਰਾਂ, ਵੀ ਆਪਣੇ ਜਿਹੜੇ ਹੈਗੇ ਨਾ ਰੂਲਸ, ਆਪਣੇ ਜਿਹੜੇ ਡਿਊਟੀਜ਼ ਹੈਗੇ ਆ, ਉਹ ਆਪਾਂ ਕੌਨਫਲਿਕਟ 'ਚ ਨਾ ਪਾਈਏ, ਵੀ ਦੋਵੇਂ ਇੱਕੋ ਕੰਮ ਨਾ ਕਰੇ ਜਾਈਏ, ਵੀ ਡਿਸਕਸ਼ਨ ਕਰੀਏ, ਵਾਰਤਾਲਾਪ ਕਰੀਏ, ਰੈਜੋਲਿਊਸ਼ਨ ਕਰੀਏ। ਹਰ ਦੂਜਰੀ ਲਾਓ, ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ, ਵੀ ਡਿਵਾਈਨ ਨੂੰ, ਸ਼ਬਦ ਗੁਰੂ ਨੂੰ ਅਸੀਂ ਸਰੈਂਡਰ ਕਰਨਾ। ਹਰ ਤੀਜਰੀ ਲਾਓ, ਮਨ ਚਾਓ ਵਿਆ ਬਹਿ ਆ ਗਿਆ, ਵੀ ਅਨਕੰਡੀਸ਼ਨਲ ਲਵ ਅਸੀਂ ਪਹਿਲੇ ਦਿਨ ਤੋਂ ਹੀ ਸ਼ੁਰੂ ਕੀਤਾ ਸੀ, ਜਿਹਦੇ 'ਚ ਪਦਾਰਥ ਨਹੀਂ ਹੈਗਾ, ਪਰਮਾਤਮ ਜ਼ਿਆਦਾ ਸੀ। ਅਤੇ ਚਾਹੋ ਚਾਹੋ ਕਹਿੰਦੇ ਐਫਿਨਿਟੀ, ਇੱਕ ਦੂਜੇ ਪ੍ਰਤੀ ਚਾਹ ਹੋਣਾ ਚਾਹੀਦਾ। ਅੱਜ ਵੀ ਮੈਂ ਕਹਿੰਦਾ 35-35 ਸਾਲ ਹੋ ਗਏ ਸਾਨੂੰ, 36 ਸਾਲ ਹੋ ਜਾਣੇ ਅਗਸਤ 'ਚ, ਹੈ ਨਾ,
ਉਹੀ ਚਾਅ ਸਾਡਾ ਹੈਗਾ ਬਰਕਰਾਰ ਇੱਕ ਦੂਜੇ ਪ੍ਰਤੀ, ਐਫਿਨਿਟੀ ਜਿਹੜੀ ਹੁੰਦੀ ਹੈ, ਇੱਕ ਦੂਜੇ ਪ੍ਰਤੀ ਲਗਾਵ ਹੁੰਦਾ ਹੈ ਨਾ, ਦਿਲ ਲੱਗੀ ਕਹਿ ਲਓ, ਹਰ ਚੌਥੀ ਲਾਂ ਪੁਰ ਪਾਇਆ ਬਿਨਾਂ ਸੀ। ਸੋ ਇਹਦੇ ਉੱਤੇ ਮੈਂ ਕਹਿੰਦਾ ਵੀ ਅੱਜ ਦੇ ਬੱਚਿਆਂ ਨੂੰ ਵੀ ਨਾ ਸਾਡੇ ਕੋਲ ਜਿਹੜਾ ਵਿਰਾਸਤ ਹੈਗਾ, ਸਾਡੇ ਕੋਲ ਜਿਹੜਾ ਖਜ਼ਾਨਾ, ਉਹ ਐਕਸਪਲੋਰ ਕਰਕੇ ਆਪਾਂ ਨੂੰ ਚੱਲਣਾ ਚਾਹੀਦਾ। ਔਰ 8.88 ਬਿਲੀਅਨ ਦੀ ਆਬਾਦੀ ਹੋ ਗਈ ਹੈ, ਕਿਸੇ ਦੀ ਫਿੰਗਰਪ੍ਰਿੰਟ ਨਹੀਂ ਮਿਲਣੀ, ਕਿਸੇ ਦੀ DNA ਨਹੀਂ ਮਿਲਣੀ, ਕਿਸੇ ਦੀ ਥੋਟ ਪ੍ਰੋਸੈਸ ਨਹੀਂ ਮਿਲਣੀ, ਕਿਸੇ ਦੀ ਸੋਚਣ ਦੀ ਸ਼ੈਲੀ ਨਹੀਂ ਮਿਲਣੀ। ਸੋ ਅਗਲੇ ਬੰਦੇ ਨੂੰ ਐਕਸੈਪਟ 100% ਕਰਨਾ। ਜਦ ਮੈਂ ਗੁਰਜਿੰਦਰ ਕੋਈ ਕੰਮ ਕਰ ਰਹੀ ਹੈ ਨਾ, ਉਹ ਚੰਗਾ ਕਰੇ ਮਾੜਾ ਕਰੇ, ਸੰਸਾਰ ਦੇ ਜੋ ਵੀ ਚੱਲ ਰਿਹਾ, ਉਹ ਮੈਂ ਦੇਖਦਾ ਉਹ ਮੈਂ ਹੀ ਕਰ ਰਿਹਾ। ਸੋ ਕੌਨਫਲਿਕਟ ਨਹੀਂ ਹੈਗੀ। ਜਦ ਮੈਂ ਕੁਛ ਕੰਮ ਕਰਦਾ, ਉਹ ਦੇਖਦੀ ਹੈ ਵੀ ਮੈਂ ਹੀ ਕਰ ਰਹੀ ਹਾਂ। ਸੋ ਇਸ ਲਈ ਕੌਨਫਲਿਕਟ ਰਿਜ਼ੋਲਵ ਹੋ ਜਾਂਦੀ ਹੈ। ਸੋ ਦੋਵੇਂ ਪਾਰਟਨਰ ਇੱਕੋ ਹੀ ਆ, ਉਹ ਕਰ ਰਹੇ ਮੀਨਸ ਮੈਂ ਆ, ਮੈਂ ਕਰ ਰਿਹਾ ਉਹ ਆ। ਸੋ ਅਸੀਂ ਜਿਹੜਾ ਆਏ ਆ ਨਾ, ਉਹਨੂੰ ਵੀ ਕਰ ਦਿੱਤਾ, ਇੰਡੀਵਿਜੁਅਲਿਜ਼ਮ ਖਤਮ ਕਰਕੇ ਵੀ ਨੂੰ ਕਰ ਦਿੱਤਾ। ਆਏ ਤੋਂ ਈਗੋ ਔਰ ਇਲਨੈਸ ਡਿਵੈਲਪ ਹੁੰਦੀ ਆ, ਵੀ ਤੋਂ ਵੈਲਨੈਸ ਡਿਵੈਲਪ ਹੁੰਦੀ ਆ। ਵੰਡਰਫੁਲ, ਦੈਟਸ ਬਿਊਟੀਫੁਲ। ਇਸ ਦੇ ਬਾਵਜੂਦ ਕਿ ਤੁਸੀਂ ਦੋਵੇਂ ਜਿਹੜੇ ਹੋ ਡਿਸੀਜਨਸ ਇਕੱਠੇ ਲੈਂਦੇ ਹੋ, ਯੂ ਆਰ ਬੋਥ ਇੰਡੀਵਿਜੁਅਲਸ, ਤੁਹਾਡੀ ਦੋਨਾਂ ਦੀ ਆਪਣੀ ਆਈਡੈਂਟੀਟੀ ਹੈ। ਕਈ ਵਾਰੀ ਹੁੰਦਾ ਕੀ ਹੈ, ਜਦੋਂ ਕਪਲਸ ਇੰਨੇ ਸਾਲ ਇਕੱਠੇ ਗੁਜ਼ਾਰਦੇ ਹੈ ਤਾਂ ਉਹਨਾਂ ਦੀਆਂ ਆਈਡੈਂਟੀਟੀਜ਼ ਇੱਕ ਦੂਜੇ ਦੇ ਨਾਲ ਜਿਹੜੀਆਂ ਨੇ ਜਾਣੀਆਂ ਜਾਂਦੀਆਂ ਨੇ। ਜੇ ਗੁਰਜਿੰਦਰ ਨੂੰ ਸਾਰੇ ਗੁਰਜਿੰਦਰ ਕਰਕੇ ਜਾਣਦੇ, ਇਹ ਨਹੀਂ ਕਹਿੰਦੇ ਵੀ ਉਹ ਡਾਕਟਰ ਭੁਰਜੀ ਦੇ ਵਾਈਫ ਨੇ। ਤੁਹਾਨੂੰ ਵੀ ਸੇਮ ਥਿੰਗ ਹੈ ਨਾ, ਡਾਕਟਰ ਭੁਰਜੀ ਦੀ ਆਪਣੀ ਪਹਿਚਾਣ ਹੈ। ਇਹ ਜਿਹੜੀ ਆਈ ਗੈਸ ਕੰਟੈਂਟਮੈਂਟ ਹੈ ਕਿ ਇਟਸ ਓਕੇ, ਹਰ ਇਨਸਾਨ ਨੂੰ ਆਪਣੀ ਆਈਡੈਂਟੀ ਮੇਨਟੇਨ ਕਰਕੇ ਰੱਖਣੀ ਚਾਹੀਦੀ ਹੈ, ਕਰਨ ਦਿਓ, ਆਜ਼ਾਦੀ ਹੋਣੀ ਚਾਹੀਦੀ ਹੈ। ਇਹ ਕਿੱਥੋਂ ਆਉਂਦੀ ਹੈ, ਇਹ ਜਿਹੜਾ ਇੱਕ ਦੂਜੇ ਦੇ ਵਿੱਚ ਕੌਨਫੀਡੈਂਸ ਹੈ, ਫੇਥ ਹੈ, ਭਰੋਸਾ ਹੈ, ਇਹ ਕਿੱਥੋਂ ਆਉਂਦਾ? ਸੋ ਆਈ ਥਿੰਕ ਬਹੁਤ ਜ਼ਰੂਰੀ ਹੈਗਾ, ਬਿਕਾਜ਼ ਕਾਫੀ ਸਾਡੇ ਯੂਨੋ ਗਰੋਥ ਬਾਰੇ ਗੱਲ ਕਰ ਰਹੇ ਸੀਗੇ। ਸੋ ਈਵਨ ਜਦੋਂ ਇਹ ਇੰਡੀਆ ਮਨਾ ਇਹ ਕੇਮ ਬੈਕ, ਸੋ ਇਹ ਸਾਲ ਬਾਅਦ ਆਏ। ਸੋ ਮੈਨੂੰ ਫਿਨਿਸ਼ ਪੜ੍ਹਾਈ ਫਿਨਿਸ਼ ਕੀਤੀ ਐਂਡ ਦੈਨ ਹੀ ਕੇਮ ਫਰੈਂਡ ਦੈਨ। ਉਦੋਂ ਤਾਂ ਐਡਜਸਟਮੈਂਟ ਪੀਰੀਅਡ ਤਾਂ ਬਹੁਤ ਸੀਗਾ, ਰਾਈਟ, ਬਿਕਾਜ਼ ਇਟਸ ਡਿਫਰੈਂਟ ਕਲਚਰ। ਮੈਂ ਇੱਥੇ ਬ੍ਰਾਡ ਅਪ ਹੋਈ ਸੀ, ਤੁਸੀਂ ਕੈਨੇਡਾ ਦੇ ਵਿੱਚ ਵੱਡੇ ਹੋਏ ਸੀ। ਸੋ ਇਟ ਵਾਸ ਅ ਲੋਟ ਆਫ, ਇਹ ਗਰੋਥ ਸਾਰਿਆਂ 'ਚ ਹੋਣਾ ਹੀ ਹੈ, ਈਵਨ ਇਫ ਇਟਸ ਮੈਰਿਡ ਕਪਲਸ ਫਰੋਮ ਹੇਅਰ, ਬਿਕਾਜ਼ ਤੁਸੀਂ ਜਿੰਨਾ ਚਿਰ ਇਕੱਠੇ ਨਹੀਂ ਰਹਿੰਦੇ, ਯੂ ਡੋਂਟ ਨੋ ਬਿਲਕੁਲ ਕਿ ਕੀ ਡਿਫਰੈਂਸਿਸ ਹੈਗੇ ਆ। ਐਂਡ ਮੇਨ ਥਿੰਗ ਵਾਸ ਕਿ ਤੁਸੀਂ ਇੱਕ ਦੂਜੇ ਸਪੋਰਟ ਕਰਦੇ ਹੋ, ਦੈਨ ਯੂ ਬੋਥ ਗਰੋ, ਰਾਈਟ, ਸੋ ਦ ਹੋਲ ਮੈਰਿਜ ਗਰੋਸ ਐਸ ਵੈਲ। ਸੋ ਇਹ ਜ਼ਰੂਰੀ ਸੀ ਕਿ ਅਸੀਂ ਹੇਅਰ ਟੂ ਕਮ ਬੈਕ, ਇੱਥੋਂ ਆ ਕੇ ਫਿਰ ਸਕੂਲਿੰਗ ਕਰਨੀ ਪਈ, ਵਾਪਸ ਇਹਨੂੰ ਸ਼ੁਰੂ ਕਰਨਾ ਪਿਆ। ਦੈਟ ਗਰੋਥ ਓਵਰ ਦ ਈਅਰਸ, ਔਰ ਬੱਚੇ ਹੋ ਗਏ ਐਂਡ ਸਪੈਂਡ ਟਾਈਮ ਵਿਦ ਬੱਚੇ, ਰਾਈਟ, ਅਤੇ ਉਹ ਥੋੜ੍ਹਾ ਪੀਰੀਅਡ ਹੁੰਦਾ ਕਿ ਵੀ ਐਜ ਵੁਮੈਨ ਉਦੋਂ ਥੋੜ੍ਹਾ ਹੁੰਦਾ ਕਿ ਅਸੀਂ ਫੈਮਿਲੀ 'ਚ ਇਨਵੋਲਵ ਹੋ ਜਾਂਦੇ ਹਾਂ, ਚਿਲਡਰਨ 'ਚ ਇਨਵੋਲਵ ਹੋ ਜਾਂਦੇ ਹਾਂ। ਸੋ ਦੈਟ ਆਈਡੈਂਟੀਟੀ ਆਈ ਥਿੰਕ ਕਾਫੀ ਲੇਡੀਜ਼ ਬਾਅਦ 'ਚ ਆਉਂਦੀਆਂ ਜਦੋਂ ਬੱਚੇ ਵੱਡੇ ਹੋ ਜਾਂਦੇ ਆ। ਨਿਊਅਰ ਜਨਰੇਸ਼ਨ ਇਜ਼ ਥੋੜ੍ਹਾ ਡਿਫਰੈਂਟ, ਸਾਡਾ ਜਨਰੇਸ਼ਨ ਥੋੜ੍ਹਾ ਡਿਫਰੈਂਟ ਸੀਗਾ, ਅਸੀਂ ਮੋਰ ਫੋਕਸ ਸੀਗੇ ਕਿ ਬੱਚਿਆਂ ਨੂੰ ਲਰਨਿੰਗ, ਆਪਾਂ ਕਰੀ ਜਾਣਾ ਕੰਮ, ਰਾਈਟ ਰਾਈਟ। ਅਤੇ ਸਾਡੀ ਹੁਣ ਦੋਵਾਂ ਦੀ ਗਰੋਥ ਇਸ ਹੋਰ ਡਿਫਰੈਂਟ, ਕਾਫੀ ਡਿਫਰੈਂਟ ਹੋ ਗਈ ਹੈ ਸਿੰਸ ਬੱਚੇ ਹੁਣ ਵੱਡੇ ਹੋ ਗਿਆ। ਹੁਣ ਆਈਡੈਂਟੀ ਤੁਸੀਂ ਕਹਿ ਰਹੇ ਹੋ, ਰਾਈਟ, ਉਹ ਆਈਡੈਂਟੀ ਆਈਵ ਹੈਡ ਟੂ ਵਰਕ, ਸ਼ੁਰੂ ਕਰਾਂ, ਵਾਪਸ ਸ਼ੁਰੂ ਕਰਾਂ, ਹੋ ਆਈ ਐਮ, ਰਾਈਟ, ਔਰ ਡਿਸਕਵਰੀ ਬਾਅਦ 'ਚ ਹੋਈ, ਬਿਕਾਜ਼ ਬੱਚੇ ਵੱਡੇ ਹੋ ਗਏ, ਆਈ ਨੋਟ ਟੂ ਲੁੱਕ ਆਫਟਰ। ਪਰ ਉਸ ਆਈਡੈਂਟੀਟੀ ਦੇ ਵਿੱਚ ਜਿਹੜੀ ਡਾਕਟਰ ਸਾਹਿਬ ਦੀ ਸਿਕਿਉਰਿਟੀ ਹੈ, ਇਹਨਾਂ ਦਾ ਇਨਸਿਕਿਉਰ ਨਾ ਹੋਣਾ ਕਿ ਜੇ ਤੂੰ ਹੁਣ ਆਪਣੇ ਆਪ ਨੂੰ ਦੁਬਾਰਾ ਰੀਡਿਸਕਵਰ ਕਰਨਾ ਚਾਹੁੰਦੀ ਹੈ, ਜਾ ਕੇ ਕਰ। ਤੁਸੀਂ ਬਹੁਤ ਸਾਰਾ ਕੁਛ, ਭਾਵੇਂ ਉਹ ਰੀਅਲਟੀ ਦੇ ਵਿੱਚ ਕਦਮ ਰੱਖਣਾ ਹੋਵੇ, ਸਲੋਨ ਹੋਵੇ, ਜੋ ਤੁਸੀਂ ਇਵੈਂਟ ਚੈਰਿਟੀਜ਼ ਵਾਸਤੇ ਕਰਦੇ ਹੋ ਉਹ ਕਰਨੇ ਹੋਣ, ਉਹਦੇ ਵਿੱਚ ਇਹਨਾਂ ਦੀ ਸਪੋਰਟ ਹੈਗੀ ਹੈ, ਸਾਇਲੈਂਟ ਸਪੋਰਟ ਹੈ, ਅਸੀਂ ਜਾਣਦੇ ਹਾਂ। ਪਰ ਉਹ ਜਿਹੜਾ ਇਨਸਿਕਿਉਰ ਨਾ ਹੋਣਾ, ਕਿਉਂਕਿ ਆਮ ਤੌਰ 'ਤੇ ਕਮਿਊਨਿਟੀਜ਼ ਦੇ ਵਿੱਚ ਬੜਾ ਮੁਸ਼ਕਿਲ ਹੋ ਜਾਂਦਾ ਆਦਮੀਆਂ ਲਈ ਜਦੋਂ ਔਰਤ ਨੂੰ ਲਾਈਮਲਾਈਟ ਮਿਲ ਰਹੀ ਹੁੰਦੀ ਹੈ, ਜਦੋਂ ਔਰਤ ਸੈਂਟਰ ਆਫ ਅਟੈਂਸ਼ਨ ਹੁੰਦੀ ਹੈ, ਬਰਦਾਸ਼ਤ ਕਰਨਾ। ਸੋ ਇਹ ਕਿੱਥੋਂ ਆਉਂਦਾ? ਇਹ ਮੇਰੀ ਅਪਬ੍ਰਿੰਗਿੰਗ, ਜਿੱਦਾਂ ਮੇਰੀ ਦਾਦੀ ਵੀ ਮੇਰੀ ਬਹੁਤ ਬਹੁਤ ਸਟਰੋਂਗ ਪਰਸਨੈਲਿਟੀ ਸੀ, ਮੇਰੀ ਮਦਰ ਵੀ ਬਹੁਤ ਸਟਰੋਂਗ ਪਰਸਨੈਲਿਟੀ ਹੈ, ਮੇਰੀ ਤਿੰਨ ਸਿਸਟਰਸ ਹੈਗੀਆਂ, ਮੇਰੀ ਤਿੰਨ ਬੇਟੀਆਂ ਵੀ ਹੈਗੀਆਂ, ਉਹ ਸਾਰੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਇੰਡੀਪੈਂਡੈਂਸ ਸੀ, ਉਹਨਾਂ ਨੂੰ ਹਾਈਐਸਟ ਐਜੂਕੇਸ਼ਨ ਮਿਲਿਆ, ਔਰ ਮੈਂ ਉਸ ਕਲਚਰ 'ਚ ਗਰੋ ਅਪ ਹੋਇਆ ਵੀ ਜਿੱਥੇ ਵੂਮਨ ਦੀ ਰਿਸਪੈਕਟ। ਹੁਣ ਮੇਰੇ ਡੈਡੀ ਤਾਂ ਚਲੋ 5 ਸਾਲ ਹੋ ਗਿਆ ਬ੍ਰੇਨ ਟਿਊਮਰ ਕਰਕੇ ਨਹੀਂ ਰਹੇ, ਬਟ ਉਹ ਮੇਰੇ ਤੋਂ ਵੀ ਜ਼ਿਆਦਾ ਬੈਸਟ ਦਾੜੀ ਬੰਨਦੇ ਸੀ, ਬੈਸਟ ਕੱਪੜੇ ਪਾਉਣੇ, ਯਾਦ ਹੈ ਪੱਗ ਉਹਨਾਂ ਨੇ ਪ੍ਰਿੰਟਡ ਬੰਨਣੇ, ਔਰ ਮੇਰੀ ਮਾਂ ਦੇ ਲਈ ਹਮੇਸ਼ਾ ਦਰਵਾਜ਼ਾ ਖੋਲ੍ਹ ਕੇ ਕਾਰ ਦਾ ਫਿਰ ਬਿਠਾ ਕੇ ਆ ਬੈਠ। ਵੰਡਰਫੁਲ। ਸੋ ਰਿਸਪੈਕਟ ਜਿਹੜੀ ਹੈਗੀ ਸਾਡੇ ਘਰ ਦੇ ਵਿੱਚ ਪਹਿਲੋਂ ਵੂਮਨ ਦੇ ਲਈ ਬਹੁਤ ਇਮੈਂਸ ਸੀ, ਔਰ ਮੇਰੇ ਖਿਆਲ ਨਾਲ ਉਹ ਮਾਹੌਲ ਜਿਹੜਾ ਹੈਗਾ, ਨਾਲੇ ਬੰਬੇ ਦਾ ਜਿਹੜਾ ਨਾ ਓਵਰਆਲ ਐਟਮੋਸਫੀਅਰ ਹੈਗਾ ਉਹ ਇਕੁਐਲਿਟੀ ਦਾ ਹੈਗਾ, ਜਦੋਂ ਮੈਂ ਗਰੋ ਅਪ ਹੋ ਰਿਹਾ ਸੀ ਸ਼ਾਇਦ ਉਸ ਤੋਂ ਪਹਿਲਾਂ ਨਾ ਹੋਊਗਾ। ਸੋ ਉਹਦੇ ਵਿੱਚ ਮੈਨੂੰ ਇਹ ਸੀ ਵੀ ਇਹ ਅਗਰ ਤਰੱਕੀ ਕਰੂਗੀ ਅਤੇ ਮੇਰੀ ਜਿਹੜੀ ਬੇਟੀਆਂ ਹੈਗੀਆਂ ਹੋਰ ਜ਼ਿਆਦਾ ਤਰੱਕੀ ਕਰਨਗੀਆਂ, ਕਿਉਂਕਿ ਰੋਲ ਮਾਡਲਿੰਗ ਜਿਹੜੀ ਹੈਗੀ ਉਹ ਮਦਰ ਤੋਂ ਜ਼ਿਆਦਾ ਮਿਲਦੀ।
ਸੋ ਇਸ ਲਈ ਮੈਨੂੰ ਕਦੀ ਇਨਸਿਕਿਉਰਿਟੀ ਨਹੀਂ ਹੁੰਦੀ ਔਰ ਮੈਂ ਪਹਿਲਾਂ ਵੀ ਕਹਿ ਚੁੱਕਿਆ ਅਗਰ ਇਹ ਗਰੋ ਹੋ ਰਹੀ ਹੈ ਉਹ ਮੇਰੀ ਸਫਲਤਾ ਹੀ ਹੈ ਸੋ ਮਤਲਬ ਇਹਦੀ ਸਫਲਤਾ ਇਸ ਮੇਰੀ ਸਫਲਤਾ ਮੈਂ ਪਿੱਛੇ ਹੋ ਜਾਂਦਾ ਹੈ ਨਾ ਜਦ ਮੇਰਾ ਟਾਈਮ ਹੈਗਾ ਲਾਈਮਲਾਈਟ 'ਚ ਇਹ ਪਿੱਛੇ ਹੋ ਜਾਂਦੀ ਸੋ ਇੱਕ ਦੂਜੇ ਦੇ ਨਾਲ ਆਪਾਂ ਜਿਹੜਾ ਹੈਗਾ ਰਲ ਮਿਲ ਕੇ ਇਹ ਜਿਹੜਾ ਹੈਗਾ ਕਿਉਂਕਿ ਐਟ ਦ ਐਂਡ ਆਫ ਦ ਡੇ ਇਹਨੂੰ ਵੀ ਕੰਟੈਂਟਮੈਂਟ ਔਰ ਸਕੂਨ ਚਾਹੀਦਾ ਬਿਲਕੁਲ ਔਰ ਇਹ ਬਹੁਤ ਜ਼ਰੂਰੀ ਹੈਗਾ ਔਰ ਉਹਦੇ ਨਾਲ ਖੁਸ਼ੀ ਰਹਿੰਦੀ ਆ ਔਰ ਉਹਦੇ ਨਾਲ ਜਿਹੜਾ ਏਜਿੰਗ ਪ੍ਰੋਸੈਸ ਹੈ ਉਹ ਘੱਟ ਜਾਂਦਾ ਵੰਡਰਫੁਲ ਤਾਂ ਹੀ ਤੁਸੀਂ ਹਮੇਸ਼ਾ ਫੋਰਐਵਰ ਯੰਗ ਹੋ ਦੋਵੇਂ ਜਾਣੇ ਮੈਨੂੰ ਲੱਗਦਾ ਬਹੁਤ ਸਹੀ ਹੈ ਕਿ ਇਹਨਾਂ ਦੀ ਸਪੇਸ ਆਪਣੀ ਹੈ ਬਿਲਕੁਲ ਗਰੋਥ ਵਾਸਤੇ ਯੂ ਨੋ ਵੁਮਨ ਆਪਣੇ ਵਾਸਤੇ ਹੋਰ ਸਪੇਸ ਚਾਹੀਦੀ ਹੈ ਐਸ ਵੈਲ ਸੋ ਬੋਥ ਗਰੋਇੰਗ ਆਪਾਂ ਦੋਵੇਂ ਵੀ ਹੈਵ ਆਰ ਓਨ ਲਾਈਕਸ ਐਂਡ ਡਿਸਲਾਈਕਸ ਰਾਈਟ ਸੋ ਗਰੋਥ ਬਹੁਤ ਜ਼ਰੂਰੀ ਹੈ ਇਫ ਯੂ ਗੋਇੰ ਟੂ ਬੀ ਟੁਗੇਦਰ ਕਿ ਉਹ ਟਾਈਮ ਦੇਵੋ ਉਹ ਸਪੇਸ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਉਹ ਆਪਣੇ ਆਪ ਨੂੰ ਭੁੱਲ ਜਾਂਦੇ ਹਾਂ ਜਦੋਂ ਜ਼ਿਆਦਾਤਰ ਰਿਲੇਸ਼ਨਸ਼ਿਪਸ ਦੇ ਵਿੱਚ ਹੁੰਦਾ ਕਿ ਅਬ ਤੁਸੀਂ ਕਲੋਸਟ੍ਰੋਫੋਬਿਕ ਹੋ ਜਾਂਦੇ ਹੋ ਤੁਹਾਨੂੰ ਇਹ ਨਹੀਂ ਯਾਦ ਰਹਿੰਦਾ ਵੀ ਤੁਹਾਨੂੰ ਕੀ ਪਸੰਦ ਸੀ ਤੁਹਾਨੂੰ ਕੀ ਨਾਪਸੰਦ ਸੀ ਸਪੈਸ਼ਲੀ ਲੜਕੀਆਂ ਔਰਤਾਂ ਵਾਸਤੇ ਮੈਨੂੰ ਲੱਗਦਾ ਕਿ ਤੁਸੀਂ ਆਪਣੇ ਆਪ ਇੰਨਾ ਉਲਝ ਜਾਂਦੇ ਹੋ ਬੱਚਿਆਂ ਦੇ ਵਿੱਚ ਅਤੇ ਤੁਹਾਡੇ ਪਾਰਟਨਰ ਦੇ ਵਿੱਚ ਦੈਟ ਯੂ ਫੋਰਗੇਟ ਤੁਸੀਂ ਉਹੀ ਜ਼ੁਬਾਨ ਬੋਲਣ ਲੱਗਦੇ ਹੋ ਤੁਸੀਂ ਉਹੀ ਚੀਜ਼ਾਂ ਪਸੰਦ ਕਰਨ ਲੱਗਦੇ ਹੋ ਫਿਰ ਜਾ ਕੇ ਜਦੋਂ ਬੱਚੇ ਘਰੋਂ ਚਲੇ ਜਾਂਦੇ ਫਿਰ ਤੁਹਾਨੂੰ ਅਹਿਸਾਸ ਹੁੰਦਾ ਵੀ ਹੂਏ ਮਾਂ ਇੱਧਰ ਸਭ ਪਰ ਨਹੀਂ ਆ ਆਈ ਇਹ ਜਿਹੜਾ ਤੁਹਾਡਾ ਨਜ਼ਰੀਆ ਹੈ ਨਾ ਡਾਕਟਰ ਸਾਹਿਬ ਤੁਹਾਡਾ ਵੀ ਗੁਰ ਜੀ ਅਮੇਜ਼ਿੰਗ ਆਈ ਹੋਪ ਕਿ ਬਹੁਤ ਸਾਰੇ ਲੋਕ ਇਹਦੇ ਤੋਂ ਸਿੱਖ ਸਕਣ ਵੈਲਕਮ ਬੈਕ ਇਸ ਵੇਲੇ ਗੱਲਬਾਤ ਚੱਲ ਰਹੀ ਹੈ ਡਾਕਟਰ ਪੁਰਜੀ ਦੇ ਨਾਲ ਅਤੇ ਉਹਨਾਂ ਦੇ ਬੈਟਰ ਹਾਫ ਗੁਰਜਿੰਦਰ ਪੁਰਜੀ ਦੇ ਨਾਲ 35 ਸਾਲ ਤੋਂ ਇਹ ਦੋਵੇਂ ਇਕੱਠੇ ਨੇ ਅਰੇਂਜ ਮੈਰਿਜ ਦੇ ਨਾਲ ਇਹਨਾਂ ਦੀ ਸ਼ੁਰੂਆਤ ਹੋਈ ਐਂਡ ਦੇ ਫੈਲ ਇਨ ਲਵ ਆਈ ਥਿੰਕ ਆਫਟਰ ਦ ਮੈਰਿਜ ਹੈਪਨਡ 35 ਸਾਲ ਦਾ ਜਿਹੜਾ ਇਹ ਸਿਲਸਿਲਾ ਬੜਾ ਕੁਛ ਸਿੱਖਣ ਨੂੰ ਮਿਲਿਆ ਹੋਣਾ ਇਹ ਜਿਹੜੀ ਖੁਸ਼ੀ ਦਾ ਇਜ਼ਹਾਰ ਹੈ ਕਈ ਲੋਕਾਂ ਦਾ ਕਹਿਣਾ ਹੈ ਕਿ ਤੁਸੀਂ ਪਬਲਿਕਲੀ ਇਸ ਚੀਜ਼ ਦਾ ਇਜ਼ਹਾਰ ਨਾ ਕਰੋ ਖਾਸ ਕਰ ਸਾਡੀ ਕਮਿਊਨਿਟੀ ਦੇ ਵਿੱਚ ਜਿਹਨੂੰ ਕੀ ਕਹਿੰਦੇ ਹੁੰਦੇ ਪੀ ਦੇਰ ਇਜ਼ ਅ ਪੀ ਡੀ ਏ ਯੂ ਨੋ ਪਬਲਿਕ ਡਿਸਪਲੇ ਆਫ ਅਫੈਕਸ਼ਨ ਬਹੁਤ ਘੱਟ ਹੁੰਦਾ ਤੁਹਾਨੂੰ ਦੋਨਾਂ ਨੂੰ ਮੈਂ ਕਦੇ ਨਹੀਂ ਲੁਕਾਉਂਦੇ ਦੇਖਿਆ ਜੇ ਹੱਥ ਫੜਨੇ ਤਾਂ ਹੱਥ ਫੜਨੇ ਜੇ ਇਕੱਠੇ ਫੋਟੋ ਖਿਚਾਉਣੀ ਹੈ ਇਕੱਠੇ ਫੋਟੋ ਖਿਚਾਉਣੀ ਹੈ ਤੁਸੀਂ ਕਦੇ ਨਹੀਂ ਝਿਜਕੇ ਇਸ ਚੀਜ਼ ਤੋਂ ਸੋ ਵਾਈ ਇਜ਼ ਦੈਟ ਇੰਪੋਰਟੈਂਟ ਫੋਰ ਯੂ ਆਪਣੀ ਖੁਸ਼ੀ ਅਤੇ ਆਪਣੀ ਰਿਲੇਸ਼ਨਸ਼ਿਪ ਨੂੰ ਪਬਲਿਕਲੀ ਇੱਦਾਂ ਸਾਂਝੇ ਕਰਨਾ ਅਸੀਂ ਜੋ ਘਰ ਹੈਗੇ ਹਾਂ ਉਹੀ ਬਾਹਰ ਹੈਗੇ ਹਾਂ ਅਸੀਂ ਮਤਲਬ ਕੁਛ ਕਰਦੇ ਨਹੀਂ ਮਤਲਬ ਤੁਸੀਂ ਬਿਲੀਵ ਨਹੀਂ ਕਰੋਗੇ ਕਈ ਵਾਰ ਅਸੀਂ ਲੁੱਕਣ ਮਿੱਚੀ ਖੇਲਣ ਲੱਗ ਪੈਂਦੇ ਹੈਗਾ ਬਿਫੋਰ ਕੰਮ ਤੋਂ ਜਾਣ ਤੋਂ ਪਹਿਲੇ ਹਾਂ ਕਦੇ ਕਦੇ ਹੀ ਉਹ ਵੀ ਠੇਸਿੰਗ ਮੀ ਅਰਾਊਂਡ ਦ ਹਾਊਸ ਫੋਰ ਅ ਹਗ ਸੋ ਇਹ ਸਿਰਫ ਤਸਵੀਰਾਂ ਵਾਸਤੇ ਨਹੀਂ ਹੈ ਕੋਸ਼ਿਸ਼ ਕਰ ਰਹੇ ਹੁੰਦੇ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਮੈਨੂੰ ਇਹ ਲੱਗਦਾ ਕੁਝ ਦਿਖਾ ਆਪਾਂ ਹੋ ਰਹੇ ਹੁੰਦੇ ਹਾਂ ਅਸਲ ਜ਼ਿੰਦਗੀ ਦੇ ਵਿੱਚ ਕੁਝ ਹੋਰ ਚੱਲ ਰਿਹਾ ਹੁੰਦਾ ਔਰ ਬਹੁਤ ਸਾਰੇ ਲੋਕ ਇਸ ਚੀਜ਼ ਤੋਂ ਲੰਘ ਰਹੇ ਹੁੰਦੇ ਦਿਸ ਨਥਿੰਗ ਰੋਂਗ ਵਿਦ ਇਟ ਪਰ ਜਿੰਨਾ ਅਫੈਕਸ਼ਨ ਅਸੀਂ ਤਸਵੀਰਾਂ ਦੇ ਵਿੱਚ ਵੀਡੀਓਜ਼ ਦੇ ਵਿੱਚ ਦੇਖਦੇ ਹਾਂ ਉਹੀ ਘਰ ਆ ਦਰਪਣ ਝੂਠ ਨਾ ਬੋਲੇ ਮਤਲਬ ਜੋ ਹੈਗਾ ਸੋ ਹੈਗਾ ਜਿੱਦਾਂ ਨਾ ਮੇਰਾ ਇੱਕ ਫਰਮ ਬਿਲੀਵ ਹੈਗਾ ਵੀ ਜਿਹੜੀ ਨਾ ਹਗ ਹੈਗੀ ਆ ਜਾਂ ਇੱਕ ਦੂਜੇ ਦੇ ਨਾਲ ਬੌਂਡਿੰਗ ਹੈਗੀ ਆ ਹਾਂ ਹਾਂ ਉਹਦੇ ਨਾਲ ਬਹੁਤ ਸੈਰੋਟੋਨਿਨ ਰਿਲੀਜ਼ ਹੁੰਦਾ ਜਿਹਦੇ ਨਾਲ ਖੁਸ਼ੀ ਮਿਲਦੀ ਆ ਔਰ ਜਦੋਂ ਅਸੀਂ ਸੌ ਜਾਂਦੇ ਹਾਂ ਅਸੀਂ ਮਤਲਬ ਇਹ ਸੋਚਦੇ ਹਾਂ ਵੀ ਅਗਲਾ ਦਿਨ ਜਿਹੜਾ ਹੈਗਾ ਮਹਾਰਾਜ ਨੇ ਦਿੱਤਾ ਉਹ ਨਿਊ ਲਾਈਫ ਹੈਗੀ ਆ ਉਹ ਪੂਰੀ ਜੀਣਾ ਚਾਹੀਦਾ ਪੂਰਾ ਦਿਨ ਸੋ ਇਸ ਲਈ ਇਹ ਸਾਡੀ ਥਿੰਕਿੰਗ ਪ੍ਰੋਸੈਸ ਬੜੀ ਡੇ ਟੂ ਡੇ ਚੱਲਦੀ ਆ ਬੜੀ ਸਿੰਪਲ ਹੈਗੀ ਆ ਠੀਕ ਹੈ ਮਹਾਰਾਜ ਨੇ ਅੱਛੇ ਕੱਪੜੇ ਸਾਨੂੰ ਦੇ ਦਿੱਤੇ ਆ ਬੱਚੇ ਅੱਛੇ ਦੇ ਦਿੱਤੇ ਆ ਥੋੜ੍ਹਾ ਮਿਹਰ ਵੀ ਕਰਤੀ ਆ ਲੇਕਿਨ ਅਸੀਂ ਫਿਰ ਵੀ ਅੰਦਰੋਂ ਬੜੇ ਸਿੰਪਲ ਹੈਗੇ ਹਾਂ ਔਰ ਉਹੀ ਸਾਡੀ ਬੇਸਿਕ ਨੀਡ ਹੈਗੀ ਆ ਵੀ ਅਸੀਂ ਇੱਕ ਦੂਜੇ ਨੂੰ ਖੁਸ਼ ਰੱਖੀਏ ਅਸੀਂ ਇੱਕ ਦੂਜੇ ਨੂੰ ਰਿਸਪੈਕਟ ਕਰੀਏ ਇੱਕ ਦੂਜੇ ਦੀ ਬਾਂਹ ਲੈ ਕੇ ਅੱਗੇ ਚੱਲੀਏ ਔਰ ਇਹੀ ਬਾਹਰ ਹੈ ਇਹੀ ਘਰ ਦੇ ਵਿੱਚ ਵੀ ਹੈ ਸੋ ਇਹ ਦਿਖਾਵਾ ਨਹੀਂ ਹੈ ਦਿਸ ਇਜ਼ ਹੂ ਯੂ ਆਰ ਐਂਡ ਆਈ ਲਵ ਇਟ ਕਿ ਤੁਸੀਂ ਯੂ ਆਰ ਅਨਅਪੋਲੋਜੈਟਿਕ ਅਬਾਊਟ ਇਟ ਕਿ ਦਿਸ ਇਜ਼ ਹੂ ਵੀ ਆਰ ਐਂਡ ਦੈਟਸ ਹਾਊ ਵੀ ਆਰ ਹਮ ਨਹੀਂ ਬਦਲਾਂਗੇ ਔਰ ਆਈ ਥਿੰਕ ਕਿ ਅਸੀਂ ਕੋਈ ਗਿਨਸ ਬੁੱਕ ਆਫ ਰੈਕਰਡ ਤੋੜੀ ਹੋਣੀ ਹੈ ਫੋਰ ਫੋਟੋਜ਼ ਓ ਮਾਈ ਗੁੱਡਨੈਸ ਜਿੰਨੀ ਮੇਰੀ ਫੇਸਬੁੱਕ ਵਾਲ ਤੇ ਇਹਨਾਂ ਦੋਵਾਂ ਦੀਆਂ ਤਸਵੀਰਾਂ ਨੇ ਆਈ ਥਿੰਕ ਸਾਡੇ ਸਾਰਿਆਂ ਦੀ ਫੇਸਬੁੱਕ ਵਾਲ ਤੇ ਜਿੰਨੀਆਂ ਅਪਡੇਟਸ ਤੁਹਾਡੇ ਦੋਨਾਂ ਦੀਆਂ ਆਉਂਦੀਆਂ ਨਾ ਵਾਹਿਗੁਰੂ ਓ ਹੋ 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 ਮਤਲਬ ਹੁਣ ਅਸੀਂ ਥੋੜੀ ਘੱਟ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਪਾਰਟੀਆਂ ਮੁੱਕੀਆਂ ਹਾਂ ਪਾਰਟੀਆਂ ਨਹੀਂ ਹੋ ਰਹੀਆਂ ਸਾਰਾ ਕੰਮ ਖਰਾਬ ਕਰ ਦਿੱਤਾ ਦੈਟਸ ਟਰੂ ਪਾਰਟੀਆਂ ਨਹੀਂ ਸੀ ਹੋ ਰਹੀਆਂ ਨਹੀਂ ਕੋਵਿਡ ਨੇ ਸਿਹਤ ਵੀ ਤੇ ਮੇਰੀ ਠੀਕ ਕਰਤੀ ਹੈ ਨਾ ਖਾਣਾ ਘੱਟ ਖਾਇਆ ਤੁਹਾਡੀ ਸਿਹਤ ਬਿਲਕੁਲ ਠੀਕ ਕਰਦੀ ਹੈ ਜਦੋਂ
ਹੁਣ ਬੱਚੇ ਆਪਣੀ ਜ਼ਿੰਦਗੀ ਸ਼ੁਰੂ ਕਰ ਰਹੇ ਨੇ ਯੂ ਨੋ ਆਬਵੀਅਸਲੀ ਦੇ ਆਰ ਗੈਟਿੰਗ ਮੈਰਿਡ ਵਨ ਆਫ ਦ ਡਾਟਰਸ ਗਾਟ ਮੈਰਿਡ ਉਹਨਾਂ ਨੂੰ ਕੀ ਸਲਾਹ ਦਿੰਦੇ ਹੋ ਕਿਉਂਕਿ ਅੱਜ ਕੱਲ੍ਹ ਦੀਆਂ ਜਿਹੜੀਆਂ ਰਿਲੇਸ਼ਨਸ਼ਿਪਸ ਹੈ ਉਹਦੇ ਵਿੱਚ ਲੌਂਜੈਵਿਟੀ ਜਿਹੜਾ ਲੰਬਾ ਅਰਸਾ ਇਕੱਠੇ ਗੁਜ਼ਾਰਨਾ ਇੱਕ ਬਹੁਤ ਹੀ ਅਨਯੂਜੁਅਲ ਜਿਹਾ ਕੋਨਸੈਪਟ ਹੈ ਬਹੁਤ ਜਲਦੀ ਇੱਕ ਦੂਜੇ ਤੋਂ ਬੋਰ ਹੋ ਜਾਂਦੇ ਆ ਇੰਸਟੈਂਟ ਗ੍ਰੈਟੀਫਿਕੇਸ਼ਨ ਚਾਹੀਦੀ ਆ ਹਰ ਚੀਜ਼ ਦੇ ਵਿੱਚ ਤੁਸੀਂ ਇੱਕ ਦੂਜੇ ਤੋਂ ਤੰਗ ਆ ਜਾਂਦੇ ਹੋ ਆਏ ਦਿਨ ਡਿਵੋਰਸਿਸ ਹੋ ਰਹੇ ਨੇ ਸੋ ਉਹਨਾਂ ਨੂੰ ਕੀ ਐਡਵਾਈਸ ਦਿੱਤਾ ਪਹਿਲਾਂ ਤੁਸੀਂ ਐਜ਼ ਅ ਮਦਰ ਗੁਰਜਿੰਦਰ ਕੀ ਐਡਵਾਈਸ ਦਿੱਤਾ ਬੇਟੀਆਂ ਨੂੰ ਸੋ ਦੱਸ ਬਹੁਤ ਚੰਗਾ ਸਵਾਲ ਹੈ ਬਿਕੋਜ਼ ਪਿਛਲੇ ਦੋ ਹਫ਼ਤੇ ਪਹਿਲੇ ਮੇਰੀ ਬੇਟੀ ਆਈ ਸੀ ਸੋ ਸ਼ੀ ਵਾਸ ਹੇਅਰ ਅਤੇ ਉਹਨਾਂ ਦਾ ਥੋੜ੍ਹਾ ਹੋ ਗਿਆ ਸੀਗਾ ਜਸਟ ਯੂ ਨੋ ਲਿਟਲ ਆਰਗੂਮੈਂਟਸ ਰਾਈਟ ਸੋ ਉਹਨਾਂ ਨੂੰ ਬੈਠ ਕੇ ਮੈਂ ਇਹੋ ਸਮਝਾਉਣ ਡੇ ਸੀਗਾ ਯੂ ਨੋ ਲਾਈਫ 'ਚ ਬਹੁਤ ਅਪਸ ਐਂਡ ਡਾਊਨਸ ਆਉਂਦੇ ਆ ਰਾਈਟ ਤੁਹਾਡੀ ਮਿਊਚੁਅਲ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਐਂਡ ਆਲਸੋ ਤੁਸੀਂ ਦੋ ਇੰਡੀਵਿਜੁਅਲਸ ਹੋ ਕਿਉਂਕਿ ਤੁਸੀਂ ਕਿਸ ਹੋਰ ਘਰ 'ਚ ਪਲੇ ਹੋ ਕਿਸੇ ਹੋਰ ਘਰ 'ਚ ਪਲੇ ਹੈ ਸੋ ਕਦੀ ਇਹ ਨਾ ਸੋਚੋ ਕਿ ਤੁਸੀਂ ਐਗਜੈਕਟਲੀ ਸੇਮ ਹੋਣਾ ਸੋ ਇੱਕ ਦੂਜੇ ਦੀ ਜਿਹੜੀ ਅੱਛਾਈਆਂ ਆ ਉਹ ਦੇਖੋ ਜਿਹੜੀ ਨੈਗੇਟਿਵ ਆ ਉਹਨਾਂ ਨੂੰ ਇਹਨੇ ਨਾ ਦੇਖੋ ਪਰ ਹੈਲਪ ਦਮ ਇੰਪਰੂਵ ਹੈ ਨਾ ਸੋ ਕਿ ਤੁਹਾਡਾ ਇਹ ਹੈਗਾ ਕਿ ਤੁਸੀਂ ਜੇ ਦੋਵੇਂ ਇਕੱਠੇ ਤੁਰੋਗੇ ਤਾਂ ਤੁਸੀਂ ਹੋਰ ਸਕਸੈਸਫੁਲ ਹੋਵੋਗੇ ਸੋ ਉਹੀ ਉਹਨੂੰ ਵੀ ਮੈਂ ਸਮਝਾਉਣ ਡੀ ਸੀ ਮੈਂ ਕਿਹਾ ਐਂਡ ਦੇ ਨੋ ਕਿ ਸਾਡੇ ਘਰ ਇਹ ਨਹੀਂ ਕਿ ਸਾਡਾ ਪਰਫੈਕਟ ਹੈਗਾ ਉਹ ਦੇਖਦੇ ਰਹਿੰਦੇ ਕਿ ਅਸੀਂ ਦੋਵੇਂ ਪਤਾ ਨਹੀਂ ਕੀ ਕਰਦੇ ਰਹਿੰਦੇ ਇੱਧਰੋਂ ਨਿੱਕੀ ਨਿੱਕੀ ਗੱਲਾਂ ਹੋ ਜਾਂਦੀਆਂ ਰਾਈ ਪਰ ਇਸ ਫਿਰ ਵੀ ਇਸ ਲਾਫਿੰਗ ਮੋਡ 'ਚ ਹੁੰਦੀ ਆ ਕਿ ਯੂ ਨੋ ਅ ਪਿਕ ਔਨ ਹਿਮ ਔਰ ਵਟਐਵਰ ਅਤੇ ਮੈਂ ਦੈਟਸ ਵਾਟ ਆਈ ਵਾਸ ਟ੍ਰਾਈਂਗ ਟੂ ਟੈਲ ਦਮ ਕਿ ਤੁਸੀਂ ਯੂ ਨੋ ਇਸ ਤੁਹਾਡਾ ਨਵਾਂ ਵਿਆਹ ਆ ਤੁਹਾਨੂੰ ਅਜੇ ਬਹੁਤ ਟਾਈਮ ਹੈਗਾ ਬਿਲਕੁਲ ਟੂ ਬੀ ਟੁਗੈਦਰ ਟੂ ਗਰੋ ਟੁਗੈਦਰ ਸੋ ਡੋਂਟ ਐਵਰ ਕਿ ਤੁਸੀਂ ਇੱਕ ਦੂਜੇ ਨੂੰ ਡਿਸਕਰੇਜ ਨਾ ਕਰੋ ਕਿ ਤੂੰ ਆ ਨਹੀਂ ਚੰਗਾ ਕਰਦਾ ਤੁਸੀਂ ਆ ਨਹੀਂ ਚੰਗੇ ਕਰਦੇ ਰਾਈਟ ਕਿ ਤੁਸੀਂ ਪੋਜ਼ਿਟਿਵ ਲੈ ਕੇ ਤੁਰੋਗੇ ਨਾ ਤੁਹਾਡੀ ਲਾਈਫ ਹੋਰ ਵੀ ਵਧੀਆ ਜਾਏਗੀ ਤੁਹਾਡੇ ਕਦੇ ਨਹੀਂ ਝਗੜਾ ਹੁੰਦਾ ਇਹ ਮੈਨੂੰ ਮਤਲਬ ਬਹੁਤ ਜ਼ੋਰ ਦੀ ਕੁੱਟਦੇ ਕੋਨਫਲਿਕਟ ਨਹੀਂ ਹੁੰਦੀ ਫਿਰ ਉਹਦੇ ਬਾਅਦ ਅਸੀਂ ਬੈਠ ਕੇ ਡਿਸਕਸ਼ਨ ਕਰ ਲੈਂਦੇ ਇੱਕ ਦੂਜੇ ਨੂੰ ਮਾਫੀ ਵੀ ਮੰਗ ਲੈਂਦੇ ਹਨ ਕੌਣ ਮਾਫੀ ਪਹਿਲਾਂ ਮੰਗਦਾ ਮੈਂ ਹੀ ਮੰਗਦਾ ਬਹੁਤ ਸੌਖਾ ਮਤਲਬ ਮਾਫੀ ਮੰਗ ਲਓ ਗੱਲ ਮੁੱਕ ਗਈ ਉਹਦੇ ਬਾਅਦ ਫਿਰ ਜਿਹੜਾ ਹੈਗਾ ਨਾ ਉਹ ਐਫਿਨਿਟੀ ਹੋਰ ਵੱਧ ਜਾਂਦੀ ਹੈ ਇੰਟਰਸਟਿੰਗ ਕਿਉਂਕਿ ਲੋਕਾਂ ਨੂੰ ਮਾਫੀ ਮੰਗਣੀ ਸਭ ਤੋਂ ਔਖੀ ਲੱਗਦੀ ਹੈ ਮਤਲਬ ਆਪਣੀ ਗਲਤੀ ਦਾ ਅਹਿਸਾਸ ਕਰਨਾ ਹਰੇਕ ਇਨਸਾਨ ਨੂੰ ਇਹ ਲੱਗਦਾ ਵੀ ਮੈਂ ਛੋਟਾ ਹੋ ਜਾਊਂਗਾ ਜੇ ਮੈਂ ਆਪਣੀ ਗਲਤੀ ਦਾ ਅਹਿਸਾਸ ਕੀਤਾ ਇਹਦਾ ਮਤਲਬ ਕਿ ਮੈਂ ਆਪਣੀ ਈਗੋ ਨੂੰ ਸਾਈਡ ਤੇ ਰੱਖ ਦਿੱਤਾ ਇਹ ਨਹੀਂ ਹੋ ਸਕਦਾ ਅਗਰ ਗਲਤੀ ਹੋਈ ਹੈ ਡੈਫੀਨੇਟਲੀ ਉਹਦੀ ਮਾਫੀ ਮੈਂ ਮੰਗਦਾ ਔਰ ਕਈ ਵਾਰ ਨਹੀਂ ਵੀ ਹੁੰਦੀ ਤਾਂ ਵੀ ਮਾਫੀ ਮੰਗ ਕਦੇ ਹੱਥ ਜੋੜ ਕੇ ਬਹਿ ਜਾਂਦੇ ਬਸ ਜੋ ਹੁਕਮ ਹੈ ਕਰੀ ਜਾਓ ਸੱਤ ਬਚਨ ਵੈਲੰਟਾਈਨਸ ਡੇ ਕਿੱਦਾਂ ਮਨਾ ਰਹੇ ਹੋ ਕਿਉਂਕਿ ਕੋਵਿਡ ਦੇ ਮਾਹੌਲ ਦੇ ਵਿੱਚ ਇਟਸ ਅ ਵੈਰੀ ਡਿਫਰੈਂਟ ਟਾਈਪ ਆਫ ਵੈਲੰਟਾਈਨਸ ਡੇ ਤੁਸੀਂ ਤਾਂ ਰੀਸੈਂਟਲੀ ਆਪਣਾ ਬਰਥਡੇ ਮਨਾ ਕੇ ਆਏ ਹੋ ਹੈਲੀਕਾਪਟਰ ਰਾਈਡ ਲੈ ਕੇ ਡਾਊਨ ਟਾਊਨ ਪਤਾ ਨਹੀਂ ਕਿੱਥੇ ਕਿੱਥੇ ਘੁੰਮੇ 7 ਤਰੀਕ ਨੂੰ ਮੇਰਾ ਬਰਥਡੇ ਸੀ ਬਿਲੇਟਡ ਹੈਪੀ ਬਰਥਡੇ ਥੈਂਕ ਯੂ ਸੋ ਇਦਾਂ ਨਾ ਵੀ ਐਵਰੀ ਡੇ ਹੀ ਅਸਾਂ ਸਾਡਾ ਵੈਲੰਟਾਈਨ ਦਾ ਸਿਲਸਿਲਾ ਤੁਰਿਆ ਹੁੰਦਾ ਵੈਲੰਟਾਈਨ ਕੇ ਵੈਲੰਟਾਈਨ ਇਹ ਮਸ਼ਹੂਰ ਹੋ ਜਾਣਾ ਹੁਣ ਜਿਹੜਾ ਨਾ ਜਿਹੜਾ ਪਿਆਰ ਹੈਗਾ ਦੇਖੋ ਲਵਸ ਹੈਗਾ ਪ੍ਰੇਮ ਔਰ ਗੁਰੂ ਮਹਾਰਾਜ ਨੇ ਇਹਦੇ ਉੱਤੇ ਵੀ ਦਸਵੇਂ ਗੁਰੂ ਨੇ ਵੀ ਕਿਹਾ ਸਾਚ ਕਹੂੰ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭਾਵ ਪ੍ਰੇਮ ਪ੍ਰੀਕਰਸਰ ਹੈਗਾ ਤੁਹਾਡਾ ਪਰਮਾਤਮਾ ਮਾਰਗ ਦਾ ਔਰ ਅਗਰ ਪ੍ਰੇਮ ਦਾ ਜਿਹੜਾ ਲਫਜ਼ ਹੈ ਉਹਨੂੰ ਆਪਾਂ ਦੋ ਵਰਡਸ ਦੇ ਵਿੱਚ ਖਿੰਡੀਏ ਉਹ ਹੁੰਦਾ ਪਰੇ ਅਤੇ ਮੈਂ ਜਿੱਥੇ ਤੁਹਾਡੀ ਈਗੋ ਹੀ ਖਤਮ ਹੋ ਗਈ ਤੁਸੀਂ ਆਪਣੀ ਖੁਦ ਹੀ ਮਿਟਾ ਦਿੱਤੀ ਸਭ ਤੋਂ ਹੀ ਤੂੰ ਹੋ ਗਈ ਵੀ ਹੋ ਗਿਆ ਆਏ ਤੋਂ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਸੋ ਉਹਦੇ ਵਿੱਚ ਜਿਹੜਾ ਨਾ ਆਨੰਦ ਬਹੁਤ ਬਣਦਾ ਦੂਜਾ ਗੁਰੂ ਨਾਨਕ ਦੇਵ ਜੀ ਖੁਦ ਕਹਿੰਦੇ ਆ ਜਿਉ ਤੋਂ ਪ੍ਰੇਮ ਖਿਲਨ ਕਾ ਚਾਓ ਸਿਰ ਤਰ ਤਲੀ ਗਲੀ ਮੁਰਿਆ ਇਹਦਾ ਮਤਲਬ ਇਹ ਨਹੀਂ ਵੀ ਸਿਰ ਲਾ ਕੇ ਸਰੀਰ ਤਲੀ 'ਤੇ ਧਰ ਲੈਣਾ ਇਹਦਾ ਮਤਲਬ ਇਹ ਆ ਵੀ ਆਹ ਸੁਪਰ ਕੰਪਿਊਟਰ ਦੇ ਨਾਲ ਨਾ ਸੋਚੋ ਹਿਰਦੇ ਦੇ ਨਾਲ ਸੋਚੋ ਸੋ ਆਪਾਂ ਆਪਣੇ ਦਿਲ ਔਰ ਹਿਰਦੇ ਦੇ ਤਲ 'ਤੇ ਜਾਈਏ ਆਪਾਂ ਆਤਮਿਕ ਤਲ 'ਤੇ ਦੀਏ ਵੀ ਆਰ ਸਪਿਰਿਚੁਅਲ ਬੀਂਗ ਇਨ ਹਿਊਮਨ ਫੋਰਮ ਇਹ ਨਾ ਭੁੱਲੀਏ ਵੀ ਆਤਮਾ ਜਿਹੜੀ ਹੈਗੀ ਆ ਉਹ ਜ਼ਿਆਦਾ ਇੰਪੋਰਟੈਂਟ ਹੈ ਬਾਹਰਲੇ ਸ਼ੈਲ ਨਾਲੋਂ ਦੇਖੋ ਹੁਣ ਬਾਹਰਲਾ ਸ਼ੈਲ ਮੇਰੀ ਦਾੜੀ ਚਿੱਟੀ ਆ ਅੱਗੇ ਚੱਲ ਕੇ ਹੋਰ ਝੁਰੀਆਂ ਵੀ ਪੈਣੀਆਂ ਏਜ ਵੀ ਹੋਊਗੀ ਲੇਕਿਨ ਜਿਹੜੀ ਆਤਮਾ ਆ ਉਹ ਬਰਕਰਾਰ ਰਹਿਣੀ ਚਾਹੀਦੀ ਔਰ ਮਨ ਜਿਹੜਾ ਹੈਗਾ ਉਹ ਖੁਸ਼ ਰਹਿਣਾ ਚਾਹੀਦਾ ਤੁਸੀਂ ਬੜੇ ਖੁਸ਼ ਹੁੰਦੇ ਹੋ ਜਦੋਂ ਤੁਹਾਨੂੰ ਸਾਰੇ ਕਹਿੰਦੇ ਤੁਹਾਡੀ ਵਾਈਫ ਕਿੰਨੀ ਯੰਗ ਆ ਉਹ ਤਾਂ ਇੱਦਾਂ ਨਾ ਇੱਕ ਦਿਨ ਇੱਕ ਗੋਰਾ ਆਇਆ ਸੀ ਅਤੇ ਮੈਂ ਕਿਹਾ ਵੀ 35 ਸਾਲ ਹੋ ਗਏ ਮੇਰੇ ਮੈਰਿਜ ਨੂੰ ਉਹ ਕਹਿੰਦਾ ਯੂ ਲੱਕੀ ਮੈਨ ਯੂ ਮਸਟ ਹੈਵ ਮੈਰਿਡ ਵੈਨ ਸ਼ੀ ਵਾਸ ਇਨ ਕ੍ਰਿਬ ਸਾਡੇ ਏਜ ਚ ਸਿਰਫ 2 ਸਾਲ ਦਾ ਫਰਕ ਹੈਗਾ ਅੱਛਾ ਕਈਆਂ ਨੂੰ ਲੱਗਦਾ ਮੈਨੂੰ
ਪੁੱਛਣਗੇ ਕਿਉਂਕਿ ਉਹਨਾਂ ਨੂੰ ਪਤਾ ਕਿ ਮੈਂ ਤੁਹਾਨੂੰ ਜਾਣਦੀ ਹਾਂ। ਮੈਨੂੰ ਪੁੱਛਣਗੇ ਗੁਰਜਿੰਦਰ ਤਾਂ ਫਿਰ ਡਾਕਟਰ ਪੁੱਜੀ ਦੀ ਦੂਜੀ ਵਾਈਫ ਹੈ ਨਾ, ਤੀਸਰੀ ਵਾਈਫ ਹੈ। ਔਰ ਤੁਸੀਂ ਇਸ ਗੱਲ ਦਾ ਬਿਲਕੁਲ ਨਹੀਂ ਬੁਰਾ ਮਨਾਉਂਦੇ? ਬਿਲਕੁਲ ਨਹੀਂ, ਕਈ ਵਾਰ ਕਈਆਂ ਨੇ ਕਿਹਾ ਬੇਟੀ ਲੱਗਦੀ, ਇੱਕ ਵਾਰੀ ਤਾਂ ਕਿਸੇ ਨੇ ਕਿਹਾ ਗ੍ਰੈਂਡ ਡਾਟਰ ਵੀ ਲੱਗਦੀ। ਇਹਨੂੰ ਖੁਸ਼ੀ ਬਹੁਤ ਹੁੰਦੀ ਆ ਸੜਕ। ਡਾਟਰ ਇਜ਼ ਗੋਇੰਗ ਟੂ ਯੂਬੀਸੀ। ਮੈਂ ਤਾਂ ਕੁਝ ਬੋਲਦੀ ਨਹੀਂ, ਮੈਂ ਚੁੱਪ। ਬਟ ਇਹ ਜਿਹੜਾ ਹੈਗਾ ਨਾ, ਇਹਦਾ ਏਜਲੈਸ ਰਹਿਣਾ ਜਿਹੜਾ ਹੈਗਾ, ਇੱਕ ਤਾਂ ਇਹਦੀ ਮਤਲਬ ਹੈਲਥ ਨੂੰ ਬਹੁਤ ਕਮਿਟਮੈਂਟ ਜਿਹੜਾ ਅਨਬਿਲੀਵੇਬਲ। ਬਿਲਕੁਲ ਸਹੀ ਹੈ, ਮੈਂ ਕਈ ਵਾਰ ਮਿੱਠਾ ਮੈਂ ਖਾ ਲਿੱਤਾ, ਕਈ ਵਾਰ ਪਾਰਟੀਆਂ 'ਚ ਨਾਨ ਜ਼ਿਆਦਾ ਪਾ ਲਏ। ਇਹਦੀ ਕਮਿਟਮੈਂਟ ਬੜੀ ਤਗੜੀ ਹੈਗੀ, ਅਨਬਿਲੀਵੇਬਲ ਪਾਵਰ। ਇਹਦੀ ਜਿਹੜੀ ਅੰਦਰਲੀ ਬਿਲਟ ਆ ਬਹੁਤ ਸਟਰੋਂਗ ਹੈ। ਮੈਂ ਜ਼ਿਆਦਾ ਗੱਲਾਂ ਕਰਨ ਵਾਲਾ, ਲੇਕਿਨ ਅੰਦਰੋਂ ਬਿਲਟ ਇਹਦੀ ਸਟਰੋਂਗ ਹੈ। ਕਈ ਵਾਰ ਇਹਦੀ ਐਨਰਜੀ ਲੈ ਕੇ ਮੈਂ ਯੂਜ਼ ਕਰ ਲੈਂਦਾ, ਉਹ ਵੀ ਬੋਲਦੇ ਨਾ ਉਧਰੋਂ ਹੀ ਆਉਂਦਾ। ਕੀ ਬਾਤ ਹੈ! ਏਜਲੈਸ ਹੋਣਾ, ਉਹਦੇ ਪਿੱਛੇ ਵੀ ਕਿਤੇ ਨਾ ਕਿਤੇ ਇਹਨਾਂ ਦਾ ਹੱਥ ਹੈ ਤੁਹਾਡੇ ਪਿੱਛੇ। ਯੂ نو ਹਾਊ ਦੇ ਸੇ ਦੈਟ ਬਿਹਾਈਂਡ ਐਵਰੀ ਸਕਸੈਸਫੁਲ ਮੈਨ ਦੇਰ ਇਜ਼ ਅ ਵੂਮਨ, ਅਮੇਜ਼ਿੰਗ ਵੂਮਨ। ਬਟ ਆਈ ਥਿੰਕ ਇਨ ਦਿਸ ਕੇਸ ਇਟ ਆਬਵੀਅਸਲੀ ਇਹਨਾਂ ਦਾ ਏਜਲੈਸ ਹੋਣਾ, ਇਟ ਕ੍ਰੈਡਿਟ ਗੋਜ਼ ਟੂ ਯੂ ਐਸ ਵੈਲ। ਬਿਲਕੁਲ, ਮੈਂ ਕਦੀ ਕੁਛ ਨਹੀਂ ਗਿਆ। ਦੇਖੋ, ਮੈਨੂੰ ਇਹ ਵੀ ਨਹੀਂ ਪਤਾ ਮੇਰੇ ਅਕਾਊਂਟ ਕਿੱਥੇ ਆ, ਕੌਣ ਮੈਨੇਜ ਕਰ, ਤਾਂ ਇਹ ਨਾਲ ਨਾ ਮੈਂ ਮਾਲਕਿਨ ਪਾਇਆ ਵੀ ਸਾਰਾ ਕੁਛ ਅਧਿਕ ਹੋਇਆ ਮੇਰਾ, ਮੁਝ ਮੇ ਕੁਛ ਨਹੀਂ, ਜੋ ਕੁਛ ਹੈ ਸਭ ਜੀ। ਵਾਹ, ਦੋ ਲਾਈਨਾਂ ਗਾ ਦਿਓ ਇੱਕ ਗਾਣੇ ਦੀਆਂ, ਇਸ ਤੋਂ ਪਹਿਲਾਂ ਕਿ ਅਸੀਂ ਜਾਈਏ। ਇਜਾਜ਼ਤ ਮੰਗੇ ਕਿ ਤੁਸੀਂ ਫਿਲਮੀ ਬਹੁਤ ਹੋ, ਔਰ ਐਂਡ ਆਈ ਨੋ ਯੂ ਆਰ ਇਚਿੰਗ ਟੂ ਲਾਈਕ ਯੂ نو ਐਕਸਪ੍ਰੈਸ ਯੂਰ ਲਵ। ਕਰ ਦਿੰਨੇ? ਹਾਂ, ਪਲੀਜ਼ ਕਰੋ। ਤੁਝੇ ਦੇਖਾ ਤੋ ਯੇ ਜਾਨਾ ਸਨਮ, ਪਿਆਰ ਹੋਤਾ ਹੈ ਦੀਵਾਨਾ ਸਨਮ, ਅਬ ਕਿਆ ਸਟੂਡੀਓ ਸੇ ਕਹਾਂ ਜਾਏ ਹਮ, ਤਰਨਮ ਸੇ ਕਹਾਂ ਜਾਏ ਹਮ, ਬਾਹੋਂ ਮੇਂ ਮਰ ਜਾਏ ਹਮ। ਯੂ ਆਰ ਸੋ ਕਿਊਟ। ਬਹੁਤ ਵਧੀਆ, ਹੱਸਦੇ ਰਹੋ, ਹਸਾਉਂਦੇ ਰਹੋ ਜੀ। ਔਰ ਸਾਡੇ ਜਿਹੜੇ ਭਾਜੀ ਹੈਗੇ ਇੱਥੇ, ਬਹੁਤ ਸੋਹਣੇ ਲੱਗ ਰਹੇ ਬਿਹਾਈਂਡ ਦ ਸੀਨ ਜੀ। ਥੈਂਕ ਯੂ, ਹੈਪੀ ਵੈਲੈਂਟਾਈਨ ਡੇ ਟੂ ਬੋਥ ਆਫ ਯੂ। ਤੁਹਾਡੇ ਦੋਨਾਂ ਦਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ, ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ, ਹੱਸਦੇ ਰਹੋ। ਥੈਂਕ ਯੂ ਜੀ, ਥੈਂਕ ਯੂ ਸੋ ਮੱਚ।